ਤੇਰਾ ਯਾਦ ਅੰਤ ਨਾ ਕੋਈ, ਜਿਹੜਾ ਸਿਮਰੇ ਪਾਉਂਦਾ ਸੋਈ। ਤੇਰਾ ਯਾਦ ਅੰਤ ਨਾ ਕੋਈ, ਜਿਹੜਾ ਸਿਮਰੇ ਪਾਉਂਦਾ ਸੋਈ। ਤੇਰਾ ਯਾਦ ਅੰਤ ਨਾ ਕੋਈ, ਜਿਹੜਾ ਸਿਮਰੇ ਪਾਉਂਦਾ ਸੋਈ। ਤੇਰਾ ਯਾਦ ਅੰਤ ਨਾ ਕੋਈ, ਜਿਹੜਾ ਸਿਮਰੇ ਪਾਉਂਦਾ ਸੋਈ। ਧੰਨੇ ਭਗਤ ਨਾਲ ਜੋ ਹੋਈ, ਧੰਨੇ ਭਗਤ ਨਾਲ ਜੋ ਹੋਈ, ਜਿਨ ਪ੍ਰੀਤਾਂ ਪਾਈਆਂ ਨੇ ਦਾਤਾ। ਗੁਣ ਗਾਈਏ ਨਿਤ ਤੇਰੇ, ਤੇਰੀਆਂ ਵਡਿਆਈਆਂ ਨੇ ਦਾਤਾ। ਗੁਣ ਗਾਈਏ ਨਿਤ ਤੇਰੇ, ਤੇਰੀਆਂ ਵਡਿਆਈਆਂ ਨੇ। ਤੂੰ ਹੀ ਸਾਗਰ ਲਹਿਰ ਕਿਨਾਰਾ, ਚਾਰੇ ਪਾਸੇ ਤੇਰਾ ਪਸਾਰਾ। ਤੂੰ ਹੀ ਸਾਗਰ ਲਹਿਰ ਕਿਨਾਰਾ, ਚਾਰੇ ਪਾਸੇ ਤੇਰਾ ਪਸਾਰਾ। ਤੂੰ ਹੀ ਸਾਗਰ ਲਹਿਰ ਕਿਨਾਰਾ, ਚਾਰੇ ਪਾਸੇ ਤੇਰਾ ਪਸਾਰਾ। ਤੂੰ ਹੀ ਸਾਗਰ ਲਹਿਰ ਕਿਨਾਰਾ, ਚਾਰੇ ਪਾਸੇ ਤੇਰਾ ਪਸਾਰਾ। ਤੇਰੀ ਕੁਦਰਤ ਇੱਕ ਨਜ਼ਾਰਾ, ਤੇਰੀ ਕੁਦਰਤ ਇੱਕ ਨਜ਼ਾਰਾ। ਸੂਰਜ ਚੰਦ ਰਿਛਨਾਈਆਂ ਨੇ ਦਾਤਾ। ਗੁਣ ਗਾਈਏ ਨਿਤ ਤੇਰੇ, ਤੇਰੀਆਂ ਵਡਿਆਈਆਂ ਨੇ ਦਾਤਾ। ਗੁਣ ਗਾਈਏ ਨਿਤ ਤੇਰੇ, ਤੇਰੀਆਂ ਵਡਿਆਈਆਂ ਨੇ ਦਾਤਾ। ਗੁਣ ਗਾਈਏ ਨਿਤ ਤੇਰੇ, ਤੇਰੀਆਂ ਵਡਿਆਈਆਂ ਨੇ। ਜੁਗੋ ਜੁਗ ਅਟਲ ਸਤਿਗੁਰੂ। ਗਰੀਬ ਨਵਾਜ ਪਾਤਸ਼ਾਹ ਆਪਣੇ ਧਰਮ ਦੇ ਸਮਰੱਥ ਅਤੇ ਪ੍ਰਤੱਖ ਗੁਰੂ ਸਾਹਿਬ ਜੀ ਦੇ ਪਵਿੱਤਰ ਚਰਨਾਂ ਵਿੱਚ ਬਹਿ ਕੇ ਭਗਤੀ ਕਰ ਰਹੀ ਸਨਮਾਨਯੋਗ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀਓ, ਸਮਾਂ ਆਇਆ ਢਾਡੀ ਦਰਬਾਰ ਰਾਹੀਂ ਗੁਰੂ ਦਾਤਾ ਜੀ ਦੇ ਚਰਨਾਂ ਦੇ ਨਾਲ ਆਪਣੇ ਮਨ ਨੂੰ ਹੋਰ ਲਾਗੇ ਕਰਨ ਦਾ। ਗੁਰਬਾਣੀ ਦਾ ਪਾਠ ਸੁਣਿਆ, ਗੁਰਬਾਣੀ ਦਾ ਕੀਰਤਨ ਸੁਣਿਆ, ਇਤਿਹਾਸ ਸੁਣਨ ਵਾਸਤੇ ਸਮਾਧੀਆਂ ਲਾ ਕੇ ਬੈਠੇ ਹੋ। ਆਓ ਇਤਿਹਾਸ ਆਰੰਭ ਕਰਨ ਦੀ ਆਗਿਆ ਪ੍ਰਦਾਨ ਕਰੋ, ਫਤਿਹ ਦੀ ਸਾਂਝ ਪਾਈਏ। ਇੱਕੋ ਵਾਰ ਕਹਿਣ 'ਤੇ ਸਾਰੀ ਸੰਗਤ ਗੱਜ ਵੱਜ ਕੇ ਬੁਲੰਦ ਆਵਾਜ਼ ਅੰਦਰ ਫਤਿਹ ਦਾ ਸਿਮਰਨ ਕਰੋ ਅਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਮਾਲਕ ਨੇ ਬੇਅੰਤ ਭਾਰੀ ਕਿਰਪਾ ਕੀਤੀ ਆ, ਅੱਜ ਫਿਰ ਇੱਥੇ ਟਾਕਾ ਨੀਨੀ ਵਿਖੇ ਗੁਰਦੁਆਰਾ ਕਲਗੀਧਰ ਸਾਹਿਬ ਵਿਖੇ ਜੁੜੀਆਂ ਸੰਗਤਾਂ ਦੇ ਦਰਸ਼ਨ ਕਰਨ ਦਾ ਸੁਭਾਗਾ ਸਮਾਂ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਹੈ। ਗੁਰੂ ਮਾਲਕ ਦੀ ਰੱਬੀ ਬਾਣੀ ਦਾ ਕੀਰਤਨ ਸਨਮਾਨਯੋਗ ਗਿਆਨੀ ਬਲਕਾਰ ਸਿੰਘ ਜੀ ਬਹੁਤ ਸੁੰਦਰ ਢੰਗ ਨਾਲ ਗਾ ਰਹੇ ਸਨ। ਜਥੇ ਦੀ ਚੜ੍ਹਦੀ ਕਲਾ ਵਾਸਤੇ ਮੈਂ ਗੁਰੂ ਪਿਤਾ ਜੀ ਦੇ ਪਵਿੱਤਰ ਚਰਨਾਂ ਵਿੱਚ ਅਰਦਾਸ ਕਰਦਾ ਹਾਂ। ਅੱਜ 19 ਤਰੀਕ ਹੈ। 19 ਤਰੀਕ ਦਾ ਦਿਨ ਇਤਿਹਾਸ ਦੇ ਪੰਨਿਆਂ ਦੇ ਉੱਤੇ ਬੜੀ ਖਾਸ ਮਹੱਤਤਾ ਰੱਖਦਾ। ਜਿਹੜੇ ਇਤਿਹਾਸ ਨੂੰ ਪ੍ਰੇਮ ਕਰਦੇ ਨੇ ਉਹ ਚੰਗੀ ਤਰ੍ਹਾਂ ਜਾਣਦੇ ਨੇ ਕਿ ਅੱਜ ਦੇ ਦਿਨ 1665 ਈਸਵੀ ਨੂੰ
ਸੱਚੀ ਸਰਕਾਰ ਮਨੁੱਖਤਾ ਦੇ ਗੁਰੂ ਧੰਨ ਧੰਨ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ, ਉਹਨਾਂ ਨੇ ਇੱਕ ਨਵੇਂ ਨਗਰ ਦਾ ਨਿਰਮਾਣ ਕਰਨ ਵਾਸਤੇ ਨੀਂਹ ਪੱਥਰ ਰੱਖਿਆ ਸੀ। ਅੱਜ ਇੱਕ ਨਗਰ ਦਾ ਨੀਂਹ ਪੱਥਰ ਰੱਖਿਆ ਮੋਹਲੀ ਗੱਡੀ, ਅਤੇ ਉਹ ਜਿਹੜਾ ਨਵਾਂ ਨਗਰ ਹੈ ਉਹਨੂੰ ਪੂਰੇ ਸਿੱਖ ਜਗਤ ਦਾ ਆਪਣਾ ਪਿੰਡ ਕਿਹਾ ਜਾਂਦਾ ਹੈ। ਪੂਰੇ ਸੰਸਾਰ ਦੇ ਉੱਤੇ ਕਿਤੇ ਵੀ ਅੰਮ੍ਰਿਤਧਾਰੀ ਬੰਦਾ ਵਸਦਾ ਹੋਵੇ ਉਹ ਆਪਣੇ ਆਪ ਨੂੰ ਕਹਿੰਦਾ ਕਿ ਸਾਡੇ ਧਰਮ ਦੇ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ, ਧਰਮ ਦੇ ਮਾਤਾ ਸਨਮਾਨਯੋਗ ਮਾਤਾ ਸਾਹਿਬ ਕੌਰ ਜੀ, ਅਤੇ ਅਸੀਂ ਸਾਰੇ ਦੇ ਸਾਰੇ ਵਾਸੀ ਹਾਂ ਅਨੰਦਪੁਰ ਸਾਹਿਬ ਜੀ ਨੇ। ਸੋ ਅਨੰਦਪੁਰ ਸਾਹਿਬ ਖਾਲਸੇ ਦੀ ਜਨਮ ਭੂਮੀ ਹੈ, ਖਾਲਸੇ ਦਾ ਆਪਣਾ ਘਰ ਹੈ, ਤੁਹਾਡਾ ਆਪਣਾ ਘਰ ਹੈ, ਆਪਣਾ ਸਾਰਿਆਂ ਦਾ ਉਹ ਘਰ ਹੈ। ਅੱਜ ਦੇ ਦਿਨ ਸਾਡੇ ਘਰ ਦਾ ਨੀਂਹ ਪੱਥਰ ਰੱਖਿਆ ਗਿਆ ਸੀ ਅਨੰਦਪੁਰ ਸਾਹਿਬ, ਉਹਦਾ ਨਾਮ ਚੱਕ ਨਾਨਕੀ ਨਗਰ ਰੱਖਿਆ ਗਿਆ। ਚੱਕ ਨਾਨਕੀ ਨਗਰ ਦੇ ਨੀਂਹ ਪੱਥਰ ਰੱਖਣ ਨੂੰ ਸਥਾਪਨਾ ਦਿਵਸ ਵਜੋਂ ਪੂਰਾ ਸਿੱਖ ਜਗਤ 19 ਜੂਨ ਵਾਲੇ ਦਿਨ ਆਏ ਸਾਲ ਮਨਾਉਂਦਾ ਹੈ। ਅੱਜ ਖਾਲਸਾ ਪੰਥ ਦੇ ਜਨਮ ਭੂਮੀ ਉਹ ਅਨੰਦਪੁਰ ਸਾਹਿਬ, ਉਹਦਾ ਸਥਾਪਨਾ ਦਿਵਸ ਹੈ। ਸੋ ਸਥਾਪਨਾ ਦਿਵਸ ਦੇ ਪਵਿੱਤਰ ਦਿਹਾੜੇ ਦੀਆਂ ਮੈਂ ਆਪਣੇ ਢਾਡੀ ਜਥੇ ਵੱਲੋਂ ਆਪ ਸਰਬੱਤ ਸੰਗਤ ਨੂੰ ਲੱਖ ਲੱਖ ਮੁਬਾਰਕਾਂ ਆਖਦਾ, ਬਹੁਤ ਬਹੁਤ ਵਧਾਈਆਂ। ਆਪਣੇ ਨਗਰ ਦਾ ਨੀਂਹ ਪੱਥਰ ਰੱਖਿਆ ਜਾਣਾ, ਮੇਰਾ ਚਿੱਤ ਕੀਤਾ ਕਿ ਮੈਂ ਉਹੀ ਕਹਾਣੀ ਆਪ ਜੀ ਦੀ ਸੇਵਾ ਵਿੱਚ ਕਹਿ ਕੇ ਤੁਹਾਡੀ ਅਸੀਸ ਦਾ ਪਾਤਰ ਬਣਾ। ਅਨੰਦਪੁਰ ਸਾਹਿਬ ਜੀ ਦੇ ਬਾਬਤ ਤਾਂ ਬਹੁਤ ਕੁਝ ਬੋਲਿਆ ਜਾ ਸਕਦਾ, ਬਹੁਤ ਜ਼ਿਆਦਾ ਕੁਝ ਬੋਲਿਆ ਜਾ ਸਕਦਾ। ਮੇਰਾ ਦਿਲ ਕਹਿੰਦਾ ਕਿ ਪ੍ਰਿੰਸੀਪਲ ਸਤਵੀਰ ਸਿੰਘ ਜੀ ਨੇ ਇੱਕ ਕਿਤਾਬ ਲਿਖੀ ਹੈ ਚੰਗੀ ਮੋਟੀ, ਚੰਗੀ ਵਾਹਵਾ ਮੋਟੀ ਕਿਤਾਬ ਹੈ। ਉਹ ਕਿਤਾਬ ਦਾ ਨਾਮ ਹੈ ਖਾਲਸੇ ਦੀ ਬਾਸੀ। ਉਹ ਸਾਰੇ ਦਾ ਸਾਰਾ ਜੋ ਪ੍ਰਕਰਨ ਹੈ ਉਹ ਬੋਲਿਆ ਜਾ ਸਕਦਾ। ਭਾਈ ਦਲਜੀਤ ਸਿੰਘ ਜੀ ਬੇਦੀ ਹੁਣਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਤਰਫ ਤੋਂ ਇੱਕ ਕਿਤਾਬ ਛਪਾਈ ਹੈ ਸ਼੍ਰੀ ਅਨੰਦਪੁਰ ਸਾਹਿਬ। ਅਨੰਦਪੁਰ ਸਾਹਿਬ ਲਗਭਗ ਉਹ 300 ਪੰਨਿਆਂ ਦੀ ਕਿਤਾਬ ਹੈ। ਅਨੰਦਪੁਰ ਸਾਹਿਬ ਸਿੱਖ ਜਗਤ ਦੇ ਅੰਦਰ ਜਾਂ ਪੂਰੀ ਮਨੁੱਖਤਾ ਦੇ ਅੰਦਰ ਲੋਕਾਂ ਦੇ ਦਿਲਾਂ ਅੰਦਰ ਕਿਵੇਂ ਵੱਸਦਾ ਹੈ, ਉੱਥੇ ਕਿਹੜੇ ਕਿਹੜੇ ਕਾਰਨਾਮੇ ਹੋਏ, ਉਹ ਦੁਨੀਆਂ ਦੇ ਉੱਤੇ ਆਪਣੀ ਵੱਖਰੀ ਪਹਿਚਾਣ ਦਾ ਕਾਰਨ ਕਿਵੇਂ ਹੈ, ਇਹਦੇ ਉੱਤੇ ਬਹੁਤ ਕੁਝ ਬੋਲਿਆ ਜਾ ਸਕਦਾ। ਪਰ ਸਮੇਂ ਦੀ ਨਿਜਾਕਤ ਨੂੰ ਮੁੱਖ ਰੱਖਦਾ ਹੋਇਆ ਮੈਂ 2 ਕਵਿਤਾਵਾਂ ਇਸ ਸੰਦਰਭ ਵਿੱਚ ਕਹਿਣੀਆਂ, ਉਸ ਤੋਂ ਬਾਅਦ ਵਿੱਚ ਮੈਂ ਤੁਹਾਡੇ ਕੋਲੋਂ ਖਿਮਾ ਦਾ ਜਾਚਕ ਹੋ ਜਾਣਾ। 19 ਜੂਨ ਦਾ ਦਿਨ ਸਿੱਖ ਜਗਤ ਵਾਸਤੇ ਇੱਕ ਹੋਰ ਵੀ ਬੜਾ ਇਤਿਹਾਸਿਕ ਹੈ। ਜੇ ਅੰਗਰੇਜ਼ੀ ਤਰੀਕਾਂ ਦੇ ਮੁਤਾਬਕ ਜਾਈਏ ਤਾਂ ਧੰਨ ਧੰਨ ਸਨਮਾਨਯੋਗ ਮਾਤਾ ਜੀ ਮਾਤਾ ਗੰਗਾ ਜੀ ਅਤੇ ਧੰਨ ਧੰਨ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਆਨੰਦ ਕਾਰਜ ਵੀ 19 ਜੂਨ ਵਾਲੇ ਦਿਨ ਹੀ ਹੋਇਆ ਸੀ। ਮਾਤਾ ਗੰਗਾ ਜੀ ਅਤੇ 5ਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਆਨੰਦ ਕਾਰਜ, ਉਹਦੇ ਉੱਤੇ ਮੈਂ ਇੱਕ ਕਿਤਾਬ ਲਿਖੀ ਹੈ। ਉਹ ਕਿਤਾਬ ਨੂੰ ਵੀ ਸਿੱਖ ਜਗਤ ਨੇ ਬੜਾ ਮਾਣ ਦਿੱਤਾ। ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਵਿਆਹ ਪੁਰਬ ਬਾਬਤ ਆਪਾਂ ਕੱਲ੍ਹ ਨੂੰ ਗੱਲਾਂ ਕਰਾਂਗੇ। ਅੱਜ ਦੇ ਦਿਨ ਆਪਾਂ ਅਨੰਦਪੁਰ ਸਾਹਿਬ ਜੀ ਦੇ ਨਿਰਮਾਣ ਦੀਆਂ ਬਾਤਾਂ ਤੁਹਾਡੀ ਸੇਵਾ ਦੇ ਵਿੱਚ ਪਾਉਣ ਲੱਗੇ ਹਾਂ। ਧੰਨ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਮਹਾਰਾਜ, 8ਵੇਂ ਪਾਤਸ਼ਾਹ ਜੋਤੀ ਜੋਤ ਸਮਾਏ। ਜੋਤੀ ਜੋਤ ਸਮਾਉਣ ਦਾ ਮਤਲਬ ਹੈ ਆਪਣੀ ਜੋਤ, ਆਪਣੀਆਂ ਸ਼ਕਤੀਆਂ, ਆਪਣੀ ਰੂਹਾਨੀਅਤ, ਆਪਣੀ ਅਜ਼ਮਤ ਸਾਰੀ ਦੂਸਰੇ ਵਿੱਚ ਸਮੋ ਜਾਣਾ। ਉਹਨੂੰ ਕਹਿੰਦੇ ਨੇ ਦੂਸਰੇ ਵਿੱਚ ਜੋਤ ਸਮਾ ਗਈ, ਜੋਤੀ ਜੋਤ ਸਮਾ ਗਿਆ। ਅੱਜ ਤਾਂ ਸਮਝ ਨਹੀਂ ਆਉਂਦੀ ਕੋਈ ਸੰਤ ਬਾਬਾ ਵੀ ਮਰ ਜਾਵੇ ਤਾਂ ਲੋਕ ਕਹਿੰਦੇ ਸਾਡੇ ਬਾਬਾ ਜੀ ਜੋਤੀ ਜੋਤ ਸਮਾ ਗਏ। ਜੋਤੀ ਜੋਤ ਸਮਾਉਣ ਦਾ ਮਤਲਬ ਹੁੰਦਾ ਆਪਣੀਆਂ ਸ਼ਕਤੀਆਂ ਦੂਜੇ ਵਿੱਚ ਭਰ ਜਾਣੀਆਂ। ਗੁਰੂ ਹਰਿਕ੍ਰਿਸ਼ਨ ਮਹਾਰਾਜ ਜਦੋਂ ਜੋਤੀ ਜੋਤ ਸਮਾਉਣ ਲੱਗੇ ਤਾਂ ਸਿੱਖਾਂ ਨੇ ਪੁੱਛਿਆ ਮਹਾਰਾਜ ਕਿਹਦੇ ਲੜ ਲਾ ਕੇ ਜਾ ਰਹੇ ਹੋ, ਅਤੇ 8ਵੇਂ ਪਾਤਸ਼ਾਹ ਜੀ ਨੇ ਪ੍ਰਵਚਨ ਕੀਤਾ ਕਹਿੰਦੇ ਬਾਬਾ ਬਸੇ ਗ੍ਰਾਮ ਬਕਾਲੇ ਬਣ ਗੁਰ ਸੰਗਤ ਸ਼ਕਲ ਸੰਭਾਲੇ, ਕਿ ਬਾਬਾ ਬਕਾਲਾ ਸਾਹਿਬ ਜੀ ਦੀ ਧਰਤੀ ਦੇ ਉੱਤੇ 9ਵੇਂ ਪਾਤਸ਼ਾਹ ਰਹਿੰਦੇ ਨੇ, ਉਹਨਾਂ ਦਾ ਨਾਮ ਕੀ ਹੈ ਕਿਸੇ ਨੂੰ ਪਤਾ ਨਹੀਂ, ਤੁਸੀਂ ਇਤਿਹਾਸ ਦੇ ਵਿਦਿਆਰਥੀ ਹੋ। ਬਾਬਾ ਬਕਾਲਾ ਸਾਹਿਬ ਦੀ ਧਰਤੀ ਦੇ ਉੱਤੇ ਗੁਰੂਆਂ ਦਾ ਮੇਲਾ ਲੱਗ ਗਿਆ, ਉੱਥੇ
ਇੱਕ ਜਾਂ ਦੋ ਨਹੀਂ ਬੇਸ਼ੁਮਾਰ ਗੁਰੂ ਬਣ ਕੇ ਬਹਿ ਗਏ। ਮਸੰਦ ਉਹਨਾਂ ਬਾਬਾ ਖਰੀਦ ਲਿਆ ਅਤੇ ਮਸੰਦਾਂ ਨੇ ਰੌਲਾ ਪਾ ਦਿੱਤਾ ਵੀ ਜਿਹੜੇ ਬਾਬੇ ਨੂੰ ਮੈਂ ਮੱਥਾ ਟੇਕਦਾ ਉਹ ਨੌਵਾਂ ਗੁਰੂ ਹੈ, ਬਾਕੀ ਸਾਰੇ ਦੇ ਸਾਰੇ ਨਕਲੀ ਆ। 22 ਗੁਰੂ ਬਣ ਕੇ ਬਹਿ ਗਏ, ਜਿਵੇਂ ਕੱਚ ਦੇ ਨਿੱਕੇ ਨਿੱਕੇ ਰੰਗ ਬਿਰੰਗੇ ਟੁਕੜਿਆਂ ਦਾ ਢੇਰ ਲੱਗਾ ਹੋਵੇ ਨਾ, ਕੱਚ ਦੇ ਰੰਗ ਬਿਰੰਗੇ ਟੁਕੜਿਆਂ ਦਾ ਢੇਰ ਹੋਵੇ। ਉਹਦੇ ਵਿੱਚੋਂ ਕਹਿ ਦਈਏ ਵੀ ਇੱਕ ਹੀਰਾ ਲੁਕਿਆ ਪਿਆ ਅਤੇ ਤੁਸੀਂ ਹੀਰੇ ਵਾਲਾ ਟੁਕੜਾ ਕੱਢ ਕੇ ਅਲੱਗ ਕਰ ਦਿਓ। ਉਹ ਰੰਗ ਬਿਰੰਗੇ ਕੱਚ ਦੇ ਟੁਕੜਿਆਂ ਵਿੱਚੋਂ ਹੀਰੇ ਦਾ ਟੁਕੜਾ ਕੇਵਲ ਜੌਹਰੀ ਹੀ ਪਰਖ ਕੇ ਕੱਢ ਸਕਦਾ, ਨਹੀਂ ਤਾਂ ਮੇਰੇ ਵਰਗਾ ਬੰਦਾ ਤਾਂ ਹਰੇਕ ਟੁਕੜੇ ਨੂੰ ਚੱਕ ਕੇ ਕਹੇਗਾ ਆਹ ਵੀ ਹੀਰਾ, ਆਹ ਵੀ ਹੀਰਾ, ਉਹ ਵੀ ਹੀਰਾ। ਅਸਲ ਵਿੱਚ ਇਉਂ ਨਹੀਂ। ਇੱਕ ਜੌਹਰੀ ਆਇਆ, ਉਹ ਜੌਹਰੀ ਵੀ ਆਪਣੇ ਆਪ ਨੂੰ ਗੁਰੂ ਸਾਹਿਬ ਜੀ ਦੀ ਸੇਵਾ ਕਰਕੇ ਇਤਿਹਾਸ ਦੇ ਪੰਨਿਆਂ ਦੇ ਵਿੱਚ ਆਪਣਾ ਨਾਮ ਸ਼ਿੰਗਾਰ ਦੀ ਤਰ੍ਹਾਂ ਚਮਕਾ ਦਿੰਦਾ। ਉਹ ਜੌਹਰੀ ਦਾ ਨਾਮ ਹੈ ਬਾਬਾ ਮੱਖਣ ਸ਼ਾਹ ਜੀ, ਬਾਬਾ ਮੱਖਣ ਸ਼ਾਹ ਸੁਦਾਗਰ। ਇਤਿਹਾਸ ਦੇ ਪੰਨਿਆਂ ਦੇ ਉੱਤੇ ਉਹਨੂੰ ਬਾਬਾ ਮੱਖਣ ਸ਼ਾਹ ਲੁਬਾਣਾ ਕਹਿੰਦੇ ਨੇ। ਬਾਬਾ ਮੱਖਣ ਸ਼ਾਹ ਜੀ ਨੇ ਰੌਲਾ ਪਾਇਆ, ਭੁੱਲੀਏ ਲੋਕੇ ਸੁਣੋ ਦੇ ਕਾਨ, ਗੁਰੂ ਲਾ ਦੋਰੇ ਮਹਿਜ ਮਹਾਨ, ਪੂਰਾ ਗੁਰੂ ਲੱਭ ਗਿਆ। ਹੁਣ ਪੂਰੇ ਸਤਿਗੁਰੂ ਜਦੋਂ ਪ੍ਰਗਟ ਹੋਏ, ਇੱਕ ਵੱਖਰਾ ਪ੍ਰਸੰਗ ਹੈ। ਗੁਰੂ ਪ੍ਰਗਟ ਹੋਣ ਤੋਂ ਬਾਅਦ ਦੀਆਂ ਗੱਲਾਂ, ਗੋਲੀ ਚੱਲੀ ਨੌਵੇਂ ਪਾਤਸ਼ਾਹ ਦੇ ਉੱਤੇ। ਅੱਜ ਵੀ ਨਕਲੀ ਗੁਰੂ ਜਿਹੜੇ ਆ ਉਹ ਗੱਦੀਆਂ ਪ੍ਰਾਪਤ ਕਰਨ ਵਾਸਤੇ ਗੋਲੀਆਂ ਅੱਜ ਵੀ ਚਲਾਉਂਦੇ ਆ, ਅੱਜ ਵੀ ਉਹਨਾਂ ਦੇ ਡੇਰਿਆਂ 'ਚ ਗੋਲੀਆਂ ਚੱਲਦੀਆਂ। ਨੌਵੇਂ ਪਾਤਸ਼ਾਹ 'ਤੇ ਗੋਲੀ ਦਾ ਹਮਲਾ ਹੋਇਆ, ਸਤਿਗੁਰੂ ਦਾਤਾ ਜੀ ਅੰਮ੍ਰਿਤਸਰ ਸਾਹਿਬ ਆਏ। ਅੰਮ੍ਰਿਤਸਰ ਬਾਅਦ 'ਚ ਮੀਣਿਆਂ ਦਾ ਪ੍ਰਬੰਧ ਸੀ, ਮੀਣਿਆਂ ਨੇ ਗੁਰੂ ਸਾਹਿਬ ਜੀ ਨੂੰ ਦਰਬਾਰ ਸਾਹਿਬ ਵਿੱਚ ਦਰਸ਼ਨ ਕਰਨ ਵਾਸਤੇ ਆਗਿਆ ਨਾ ਦਿੱਤੀ। ਵੇਖੋ, ਗੁਰਦੁਆਰੇ ਵਿੱਚ ਗੁਰੂ ਨੂੰ ਨਹੀਂ ਵੜਨ ਦਿੱਤਾ ਗਿਆ, ਗੁਰਦੁਆਰੇ ਵਿੱਚ ਗੁਰੂ ਨੂੰ ਨਹੀਂ ਆਉਣ ਦਿੱਤਾ ਗਿਆ। ਸਤਿਗੁਰੂ ਪਿਤਾ ਇੱਥੋਂ ਦੁਨੀਆ ਤਾਰਦੇ ਪਹੁੰਚੇ ਨੇ ਕੀਰਤਪੁਰ ਸਾਹਿਬ ਦੀ ਧਰਤੀ 'ਤੇ। ਕੀਰਤਪੁਰ ਸਾਹਿਬ ਦੀ ਧਰਤੀ ਦਾ ਜਿਹੜਾ ਉਸ ਮੌਕੇ ਪ੍ਰਬੰਧਕ ਸੀ, ਉਹਦਾ ਨਾਂ ਸੀ ਗੁਲਾਬ ਚੰਦ। ਗੁਲਾਬ ਚੰਦ ਜਿਹੜਾ ਨੌਵੇਂ ਪਾਤਸ਼ਾਹ ਦੇ ਦਰਸ਼ਨ ਕਰਦਾ ਹੈ, ਪਰ ਉਹਨੂੰ ਹੱਥਾਂ ਪੈਰਾਂ ਦੀ ਪੈ ਗਈ। ਅਤੇ ਇਹ ਵੀ ਭੁੱਲਿਓ ਨਾ, ਨੌਵੇਂ ਪਾਤਸ਼ਾਹ ਦਾ ਭਤੀਜਾ ਲੱਗਦਾ ਹੈ, ਨੌਵੇਂ ਪਾਤਸ਼ਾਹ ਦਾ ਸਕਾ ਭਤੀਜਾ ਲੱਗਦਾ ਹੈ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਸਾਹਿਬਜ਼ਾਦਾ ਬਾਬਾ ਸੂਰਜਮਲ ਸਾਹਿਬ। ਬਾਬਾ ਸੂਰਜਮਲ ਸਾਹਿਬ ਜੀ ਦੇ ਦੋ ਪੁੱਤਰ ਨੇ ਦੀਪ ਚੰਦ ਹੋਣੀ, ਅਤੇ ਉਹਨਾਂ ਦੇ ਅੱਗੇ ਇਹ ਬੱਚਾ ਹੈ ਗੁਲਾਬ ਚੰਦ। ਗੁਲਾਬ ਚੰਦ ਜਿਹੜਾ ਮਸੰਦ ਹੈ, ਇਹਦੇ ਤਿਊੜੀਆਂ ਪੈ ਗਈਆਂ, ਕਹਿਣ ਲੱਗਾ ਵੀ ਗੁਰੂ ਆ ਗਏ, ਗੁਰੂ ਆਉਣ ਨਾਲ ਮੇਰਾ ਤਾਂ ਹਲਵਾ ਮੰਡਾ ਬੰਦ ਹੋ ਜਾਣਾ, ਮੇਰੀ ਜਿਹੜੀ ਇੱਥੇ ਧਰਮਸ਼ਾਲਾ ਚੱਲਦੀ ਆ, ਧਰਮਸ਼ਾਲਾ ਵਿੱਚ ਲੋਕ ਮੈਨੂੰ ਮੱਥੇ ਟੇਕਦੇ ਨੇ। ਜੇ ਗੁਰੂ ਸਾਹਿਬ ਆਪ ਆ ਗਏ ਤਾਂ ਇਹਦਾ ਮਤਲਬ ਮੇਰੀ ਪੂਜਾ ਪ੍ਰਤਿਸ਼ਠਾ ਦਾ ਸਿਲਸਿਲਾ ਬੰਦ ਹੋ ਜਾਏਗਾ। ਉਹਨੇ ਨੌਵੇਂ ਪਾਤਸ਼ਾਹ ਜੀ ਦਾ ਭਰਮਾ ਜਿੰਨਾ ਬਣਦਾ ਮਾਣ ਸਨਮਾਨ ਵਾਲਾ ਸਵਾਗਤ ਸੀ, ਉਹ ਨਾ ਕੀਤਾ। ਅਤੇ ਗੁਰੂ ਪਾਤਸ਼ਾਹ ਜੀ ਇੱਥੋਂ ਵੀ ਹੁਣ ਉਪਰਾਮਤਾ ਸਹਿਤ ਅੱਗੇ ਤੁਰਨ ਦਾ ਫੈਸਲਾ ਕਰਦੇ ਆ। ਜਦੋਂ ਅੱਗੇ ਜਾਣ ਦੀ ਗੱਲ ਆਈ ਤਾਂ ਇਹਨਾਂ ਦਿਨਾਂ ਵਿੱਚ ਇਸ ਇਲਾਕੇ ਦਾ ਰਾਜਾ ਰਾਜਾ ਦੀਪ ਚੰਦ ਮਰ ਗਿਆ ਸੀ। ਰਾਜਾ ਦੀਪ ਚੰਦ ਕਹਿਲੂਰ ਰਿਆਸਤ ਦਾ ਬਾਦਸ਼ਾਹ, ਕਹਿਲੂਰ ਰਿਆਸਤ ਹੈ ਇਹ ਜਿੱਥੇ ਅੱਜ ਕੱਲ੍ਹ ਅਨੰਦਪੁਰ ਸਾਹਿਬ ਹੈ। ਕਹਿਲੂਰ ਰਿਆਸਤ ਦੀ ਰਾਜਧਾਨੀ ਸੀ ਬਿਲਾਸਪੁਰ ਸ਼ਹਿਰ। ਬਿਲਾਸਪੁਰ ਸ਼ਹਿਰ ਵਿੱਚ ਰਾਜੇ ਦੀਪ ਚੰਦ ਦੀ ਮੌਤ ਹੋ ਗਈ, ਹਿੰਦੂ ਰਾਜਾ ਸੀ। ਹਿੰਦੂ ਰਾਜੇ ਨੂੰ ਜਦੋਂ ਉਹਦੇ ਹਿੰਦੂ ਰਸਮਾਂ ਮੁਤਾਬਕ ਉਹਦੇ ਅੰਤਿਮ ਕਿਰਿਆ ਕਰ ਦਿੱਤੀ ਗਈ ਤਾਂ ਉਹਦੀ ਵਿਧਵਾ ਪਤਨੀ, ਉਹਦਾ ਨਾਂ ਸੀ ਮਹਾਰਾਣੀ ਚੰਪਾ, ਬਹੁਤ ਧਿਆਨ ਦੇ ਕੇ ਸੁਣਿਓ, ਮਹਾਰਾਣੀ ਚੰਪਾ ਨੂੰ ਪਤਾ ਲੱਗਾ ਕਿ ਨੌਵੇਂ ਪਾਤਸ਼ਾਹ ਮਹਾਰਾਜ ਕੀਰਤਪੁਰ ਸਾਹਿਬ ਆਏ ਆ। ਉਹਨਾਂ ਨੇ ਆਪਣਾ ਏਲਚੀ ਘੱਲਿਆ ਕਿ ਸਤਿਗੁਰੂ ਨੂੰ ਬੇਨਤੀ ਕਰੋ ਕਿ ਸਾਡੇ ਘਰ ਗਰੁੜ ਪੁਰਾਣ ਦੇ ਪਾਠ ਦਾ ਭੋਗ ਆ, ਅਤੇ ਗਰੁੜ ਪੁਰਾਣ ਦੇ ਪਾਠ ਦੇ ਭੋਗ ਉੱਤੇ ਮੇਰੇ ਪਤੀ ਦੀਆਂ ਅੰਤਿਮ ਕਿਰਿਆਵਾਂ ਦੇ ਵਿੱਚੋਂ ਕਿਰਪਾ ਕਰਕੇ ਸ਼ਾਮਿਲ ਹੋਣ। ਸੱਚੀ ਸਰਕਾਰ ਧੰਨ ਗੁਰੂ ਤੇਗ ਬਹਾਦਰ ਮਹਾਰਾਜ, ਧੰਨ ਧੰਨ ਮਾਤਾ ਗੁਜਰੀ ਜੀ, ਬਹੁਤ ਹੀ ਸਨਮਾਨਯੋਗ ਧੰਨ ਧੰਨ ਮਾਤਾ ਨਾਨਕੀ ਜੀ ਅਤੇ ਬੜੇ ਸਨਮਾਨਯੋਗ ਮਾਤਾ ਹਰੀ ਜੀ,
ਮਾਤਾ ਹਰੀ ਜੀ ਜਿਹੜੀ ਹੈ ਉਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਭਰਜਾਈ ਲੱਗਦੀ ਹੈ। ਗੁਰੂ ਮਹਾਰਾਜ ਦੇ ਚਰਨਾਂ ਨਾਲ ਪਿਆਰ ਕਰਨ ਵਾਲੀਆਂ ਸਾਰੀਆਂ ਸੰਗਤਾਂ ਬਹੁਤ ਚੰਗੀ ਤਰ੍ਹਾਂ ਜਾਣਦੀਆਂ। ਦੀਵਾਨ ਸੂਰਜਮਲ ਸਾਹਿਬ ਜੀ ਦੀ ਇਹ ਪਤਨੀ ਸੀ। ਗੁਰੂ ਘਰ ਆ ਕੇ ਵੈਸੇ ਇਹਦਾ ਨਾਂ ਬੀਬੀ ਨਿਹਾਲ ਕੌਰ ਪੈ ਗਿਆ ਸੀ, ਪਰ ਆਮ ਤੌਰ 'ਤੇ ਪ੍ਰਚਲਿਤ ਨਾਮ ਬੀਬੀ ਹਰੀ ਰਿਹਾ। ਇਹ ਸਾਰੇ ਜਣੇ ਗੁਰੂ ਮਹਾਰਾਜ ਸਮੇਤ ਬਿਲਾਸਪੁਰ ਸ਼ਹਿਰ ਜਾਂਦੇ ਆ। ਵੇਖੋ ਜੀ, ਗੁਰੂ ਮਹਾਰਾਜ ਗਰੁੜ ਪੁਰਾਣ ਦੇ ਪਾਠ ਦੇ ਭੋਗ 'ਤੇ ਸ਼ਾਮਿਲ ਹੋਣ ਲੱਗੇ ਆ, ਕਿਉਂਕਿ ਸਾਡਾ ਗੁਰੂ ਤਾਂ ਸਾਰੀ ਦੁਨੀਆ ਦਾ ਸਾਂਝਾ। ਇਸ ਗੱਲ ਨੂੰ ਦਿਲ ਦੇ ਵਿੱਚ ਬਹੁਤ ਵੱਡੇ ਜਿਗਰੇ ਦੇ ਨਾਲ ਵਸਾ ਲੈਣਾ ਚਾਹੀਦਾ। ਧਰਮ ਕੋਈ ਨਹੀਂ ਮਾੜਾ, ਧਰਮਾਂ ਨੂੰ ਮੰਨਣ ਵਾਲਿਆਂ ਵਿੱਚੋਂ ਲੋਕ ਮਾੜੇ ਹੋ ਜਾਂਦੇ ਆ। ਸਾਡੇ ਗੁਰੂ ਨੇ ਉਪਦੇਸ਼ ਹੀ ਇਹ ਦਿੱਤਾ ਕਿ ਜਿਹੜਾ ਹਿੰਦੂ ਹੈ ਉਹ ਪੱਕਾ ਹਿੰਦੂ ਬਣੇ, ਜਿਹੜਾ ਮੁਸਲਮਾਨ ਉਹ ਪੱਕਾ ਮੁਸਲਮਾਨ ਬਣੇ, ਜਿਹੜਾ ਈਸਾਈ ਉਹ ਪੱਕਾ ਈਸਾਈ ਬਣੇ, ਤਾਂ ਜਿਹੜਾ ਸਿੱਖ ਹੈ ਉਹ ਵੀ ਪੱਕਾ ਸਿੱਖ ਬਣੇ, ਐਵੇਂ ਦੋਗਲਾ ਜ਼ਿਆਦਾ ਬਣਿਆ ਰਹੇ। ਸਤਿਗੁਰੂ ਜੀ ਇੱਕ ਹਿੰਦੂ ਪਰਿਵਾਰ ਦੇ ਇਸ ਫੰਕਸ਼ਨ ਦਾ ਹਿੱਸਾ ਬਣਦੇ ਆ। ਗੁਰੂ ਮਹਾਰਾਜ ਜਦੋਂ ਇਹਨਾਂ ਦੇ ਘਰ ਗਏ, ਉਹਨਾਂ ਨੇ ਆਪਣੇ ਧਰਮ ਦੀ ਕਿਰਿਆ ਕੀਤੀ ਹੈ। ਨੌਵੇਂ ਪਾਤਸ਼ਾਹ ਜੀ ਦਾ ਬੜਾ ਭਰਮਾ ਸਵਾਗਤ ਕੀਤਾ। ਇਤਿਹਾਸ ਕਹਿੰਦਾ ਕਿ ਮਹਾਰਾਜ ਉਹਨਾਂ ਦੇ ਘਰ 5 ਦਿਨ ਰੁਕੇ, ਅਤੇ ਜਦੋਂ 5ਵੇਂ ਦਿਨ ਤੁਰਨ ਲੱਗੇ ਤਾਂ ਮਹਾਰਾਣੀ ਚੰਪਾ ਨੂੰ ਪਤਾ ਲੱਗ ਚੁੱਕਾ ਸੀ ਕਿ ਸਤਿਗੁਰੂ ਜੀ ਦਾ ਕੀਰਤਪੁਰ ਸਾਹਿਬ ਦੀ ਧਰਤੀ ਦੇ ਉੱਤੇ ਬਣਦਾ ਸਨਮਾਨ ਨਹੀਂ ਹੋਇਆ। ਮਹਾਰਾਣੀ ਚੰਪਾ ਸਨਮਾਨਯੋਗ ਮਾਤਾ ਨਾਨਕੀ ਜੀ ਨੂੰ, ਮਾਤਾ ਨਾਨਕੀ ਜੀ ਕੌਣ ਹੈ ਮੈਂ ਵੈਸੇ ਦੱਸਣਾ ਬਹੁਤ ਜ਼ਰੂਰੀ ਨਹੀਂ ਸਮਝਦਾ, ਕਿਉਂਕਿ ਤੁਸੀਂ ਇਤਿਹਾਸ ਦੇ ਵਿਦਿਆਰਥੀ ਹੋ, ਪਰ ਪ੍ਰੋਗਰਾਮ ਲਾਈਵ ਚੱਲਦਾ, ਦੂਰ ਦੁਰਾਡੇ ਬੈਠੀਆਂ ਸੰਗਤਾਂ, ਜ਼ਰੂਰੀ ਨਹੀਂ ਹੁੰਦਾ ਕਿ ਕਿਸੇ ਨੂੰ ਸਾਰਾ ਕੁਝ ਪਤਾ ਹੋਵੇ। ਮੈਂ ਥੋੜ੍ਹਾ ਜਿਹਾ ਵਿਸਥਾਰ ਕਰ ਦਿੰਦਾ ਕਿ ਮਾਤਾ ਨਾਨਕੀ ਜੀ ਕੌਣ ਹੈ। ਸਾਡੇ ਧਰਮ ਅੰਦਰ 3 ਔਰਤਾਂ ਨੇ ਜਿਨ੍ਹਾਂ ਦਾ ਨਾਮ ਨਾਨਕੀ ਹੈ। ਇੱਕ ਨੂੰ ਬੇਬੇ ਨਾਨਕੀ ਜੀ ਕਹਿੰਦੇ ਆ, ਇੱਕ ਨੂੰ ਮਾਤਾ ਨਾਨਕੀ ਜੀ ਕਹਿੰਦੇ ਆ, ਅਤੇ ਇੱਕ ਨੂੰ ਬੀਬੀ ਨਾਨਕੀ ਜੀ ਕਹਿੰਦੇ ਆ। ਨਾਮ ਇੱਕੋ ਹੀ ਹੈ, ਨਾਨਕੀ ਸ਼ਬਦ, 3 ਔਰਤਾਂ ਨੇ, ਥੋੜ੍ਹਾ ਥੋੜ੍ਹਾ ਬਖਰੇਵਾਂ, ਇੱਕ ਨੂੰ ਬੇਬੇ, ਇੱਕ ਨੂੰ ਮਾਤਾ ਅਤੇ ਇੱਕ ਨੂੰ ਬੀਬੀ, ਥੋੜ੍ਹਾ ਥੋੜ੍ਹਾ ਬਖਰੇਵਾਂ, ਇਸ ਲਈ ਮੈਂ ਵਿਆਖਿਆ ਕਰ ਦੇਵਾਂ। ਬੇਬੇ ਨਾਨਕੀ ਕੌਣ ਹੈ? ਮੇਰਾ ਖਿਆਲ ਤੁਹਾਨੂੰ ਸਭ ਨੂੰ ਪਤਾ ਹੈ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਨਮਾਨਯੋਗ ਆਦਰਯੋਗ ਵੱਡੇ ਭੈਣ ਜੀ। ਅਤੇ ਜਿਹੜੇ ਮਾਤਾ ਨਾਨਕੀ ਹੈ, ਇਹ ਸੱਚੀ ਸਰਕਾਰ ਧੰਨ ਗੁਰੂ ਤੇਗ ਬਹਾਦਰ ਮਹਾਰਾਜ, ਉਹਨਾਂ ਦੇ ਸਨਮਾਨਯੋਗ ਮਾਤਾ ਜੀ ਹਨ, ਗੁਰੂ ਗੋਬਿੰਦ ਸਿੰਘ ਦੇ ਦਾਦੀ ਜੀ, ਮਾਤਾ ਨਾਨਕੀ। ਅਤੇ ਤੀਸਰੇ ਔਰਤ ਜਿਹਨੂੰ ਅਸੀਂ ਬੀਬੀ ਨਾਨਕੀ ਕਹਿੰਦੇ ਹਾਂ, ਉਹ ਜਥੇਦਾਰ ਸ਼ਾਮ ਸਿੰਘ ਅਟਾਰੀ ਦੀ ਲੜਕੀ ਸੀ। ਗੁਰੂ ਮਹਾਰਾਜ ਦੀ ਬੜੀ ਅਪਾਰ ਕਿਰਪਾ ਸੀ ਉਹਦੇ ਉੱਤੇ, ਅਤੇ ਮਹਾਰਾਜਾ ਰਣਜੀਤ ਸਿੰਘ ਦੀ ਪੋਤ ਨੌਂ ਸੀ, ਕਮਰ ਨੌਂ ਨਿਹਾਲ ਸਿੰਘ ਜੀ ਦੇ ਨਾਲ ਉਹ ਵਿਆਹੀ ਗਈ ਸੀ। ਬੜਾ ਨਵੇਕਲਾ ਵਿਆਹ ਸੀ, ਬੜਾ ਲੰਮਾ ਇਤਿਹਾਸ ਹੈ। ਬਸ ਇੰਨਾ ਕਹਿ ਦਿਆ ਕਿ ਉਸ ਬੀਬੀ ਨੇ ਵੀ ਸਿੱਖ ਰਾਜ ਨੂੰ ਬੇਰਾ ਬੇਰਾ ਹੁੰਦਾ ਵੇਖਿਆ, ਉਹਨੇ ਕਿਸ ਕਦਰ ਬਰਬਾਦੀ ਦੇ ਦਿਨ ਤੱਕੇ। ਇਹ ਬੜਾ ਅਨੋਖਾ ਦੁਖਦਾਈ ਮੰਜ਼ਰ ਹੈ, ਮੈਂ ਇਸ ਪਾਸੇ ਆਪਣੀ ਗੱਲ ਨੂੰ ਨਾਲ ਲੈ ਕੇ ਜਾਵਾਂ। ਸਨਮਾਨਯੋਗ ਮਾਤਾ ਨਾਨਕੀ ਜੀ ਨੂੰ ਮਹਾਰਾਣੀ ਚੰਪਾ ਆ ਕੇ ਫਰਿਆਦ ਕਰਦੀ ਆ, ਕਹਿਣ ਲੱਗੀ ਮੈਨੂੰ ਪਤਾ ਲੱਗਾ ਕਿ ਸਤਿਗੁਰੂ ਸਾਹਿਬ ਤਮਧਾਨ ਨੂੰ ਚੱਲੇ ਆ, ਬਾਂਗਰ ਦੇਸ਼ ਵਿੱਚ ਚੱਲੇ ਆ, ਅਤੇ ਮੇਰੀ ਫਰਿਆਦ ਹੈ ਕਿ ਤੁਸੀਂ ਮੇਰੀ ਰਿਆਸਤ ਨੂੰ ਸੁੰਨਾ ਨਾ ਛੱਡ ਕੇ ਜਾਓ, ਮੇਰੀ ਰਿਆਸਤ ਖਾਲੀ ਹੋ ਜਾਏਗੀ। ਸਾਡੇ ਵੱਡਿਆਂ ਨੂੰ ਤੁਹਾਡੇ ਵੱਡਿਆਂ ਨੇ ਗਵਾਲੀਅਰ ਦੇ ਕਿਲ੍ਹੇ ਵਿੱਚੋਂ ਛੁਡਾ ਕੇ ਲਿਆਂਦਾ, ਸਾਡੇ ਵੱਡਿਆਂ ਨੂੰ, ਸ਼ਬਦਾਂ ਨੂੰ ਗਹਿਰਾਈ ਨਾਲ ਬਾਤ ਲੈਣਾ, ਮੈਂ ਕੀ ਕਹਿਣਾ ਚਾਹੁੰਦਾ, ਸਾਡੇ ਵੱਡਿਆਂ ਨੂੰ ਤੁਹਾਡੇ ਵੱਡਿਆਂ ਨੇ ਗਵਾਲੀਅਰ ਦੇ ਕਿਲ੍ਹੇ ਵਿੱਚੋਂ ਛੁਡਾ ਕੇ ਲਿਆਂਦਾ, ਸਾਡੀ ਨਿਰਕ ਦੀ ਜ਼ਿੰਦਗੀ ਨੂੰ ਬਾਦਸ਼ਾਹੀ ਦਾ ਰੂਪ ਵਿੱਚ ਬਦਲਿਆ, ਸਾਡੀਆਂ ਬਰਬਾਦੀਆਂ ਬਾਦਸ਼ਾਹੀ ਦਾ ਰੂਪ ਧਾਰਨ ਕਰ ਗਈਆਂ, ਮਾਤਾ ਜੀ ਇਹ ਤੁਹਾਡੀ ਕਿਰਪਾ ਆ, ਅਤੇ ਤੁਸੀਂ ਇਹ ਕਿਰਪਾ ਬਣਾਈ ਰੱਖੋ। ਐਸਾ ਨਾ ਹੋਵੇ ਕਿ ਕਿਰਪਾ ਕਰਨ ਵਾਲਾ ਗੁਰੂ ਮੇਰੀ ਰਿਆਸਤ ਤੋਂ ਦੂਰ ਚੱਲਿਆ ਜਾਏ। ਜੇ ਕੀਰਤਪੁਰ ਸਾਹਿਬ ਨਹੀਂ ਟਿਕਣਾ ਤਾਂ ਮੈਂ ਤੁਹਾਨੂੰ ਇੱਕ ਨਵਾਂ ਨਗਰ ਵਸਾਉਣ ਵਾਸਤੇ ਜਗ੍ਹਾ ਦਿੰਦੀ ਹਾਂ।
ਮੈਂ ਨਵਾਂ ਨਗਰ ਵਸਾਉਣ ਵਾਸਤੇ ਆਪਣੇ ਰਾਜ ਦੇ ਵਿੱਚੋਂ ਜਿੰਨੀ ਜ਼ਮੀਨ ਆਖੋ ਉਹ ਸਾਰੀ ਜ਼ਮੀਨ ਅਰਦਾਸ ਕਰਵਾ ਦਿਆਂਗੀ। ਮਹਾਰਾਣੀ ਚੰਪਾ ਨੂੰ ਸਨਮਾਨਯੋਗ ਮਾਤਾ ਨਾਨਕੀ ਜੀ ਕਹਿਣ ਲੱਗੇ, ਇਹ ਤਾਂ ਸਤਿਗੁਰੂ ਸਾਹਿਬ ਦੇ ਫੈਸਲੇ ਨੇ, ਗੁਰੂ ਸਾਹਿਬ ਜੀ ਦੇ ਨਾਲ ਗੱਲਬਾਤ ਕਰ ਲਓ। ਉਹ ਕਹਿੰਦੇ ਤੁਸੀਂ ਬਣੋ ਸਿਫਾਰਸ਼ੀ। ਮਾਤਾ ਨਾਨਕੀ, ਮਾਤਾ ਗੁਜਰੀ ਜੀ ਗੁਰੂ ਸਾਹਿਬ ਜੀ ਦੇ ਨਾਲ ਨੌ ਸੱਸ ਦੋਨੋਂ ਜਣੀਆਂ ਗੱਲਾਂ ਕਰਦੀਆਂ। ਲੈਕਚਰ ਲੰਬਾ ਹੋ ਗਿਆ, ਮੈਂ ਕਬ ਤੱਕ ਹਾਵਾਂ। ਨੌਵੇਂ ਪਾਤਸ਼ਾਹ ਕਹਿਣ ਲੱਗੇ, ਧਮਧਾਨ ਦੀ ਸੰਗਤ ਨੇ ਤਾਂ ਖੂਹ ਵੀ ਲਗਵਾ ਲਿਆ, ਧਮਧਾਨ ਦੀ ਸੰਗਤ ਨੇ ਧਰਮਸ਼ਾਲਾ ਵੀ ਬਣਾ ਲਈ ਆ, ਧਮਧਾਨ ਦੀ ਸੰਗਤ ਨੇ ਸਾਡੇ ਰਿਹਾਇਸ਼ ਵਾਸਤੇ ਮਕਾਨ ਵੀ ਬਣਾ ਲਏ ਆ, ਇਸ ਲਈ ਧਮਧਾਨ ਜਾਵਾਂਗੇ। ਅਤੇ ਮਾਤਾ ਨਾਨਕੀ ਜੀ ਨੇ ਮਹਾਰਾਣੀ ਚੰਪਾ ਦੀ ਬਹਿਬਲਤਾਈ ਦੀਆਂ ਗੱਲਾਂ ਦੱਸੀਆਂ ਕਿ ਉਹ ਤਾਂ ਬਹੁਤ ਉਪਰਾਮ ਹੈ। ਇਹ ਗੱਲਾਂ ਹੋ ਰਹੀਆਂ ਸਨ ਕਿ ਮਹਾਰਾਣੀ ਚੰਪਾ ਵੀ ਆਈ, ਉਹਨੇ ਨੌਵੇਂ ਪਾਤਸ਼ਾਹ ਦੇ ਚਰਨ ਫੜ ਕੇ ਇੱਕ ਫਰਿਆਦ ਕੀਤੀ ਆ ਕਿ ਇੱਥੇ ਮੇਰੀ ਰਿਆਸਤ ਵਿੱਚ ਇੱਕ ਨਵਾਂ ਨਗਰ ਵਸਾਓ, ਕੀਰਤਪੁਰ ਸਾਹਿਬ ਦਾ ਮਸੰਦ ਜੇ ਤੁਹਾਡਾ ਸਤਿਕਾਰ ਨਹੀਂ ਕਰਦਾ ਤਾਂ ਮੈਂ ਜ਼ਮੀਨ ਅਰਦਾਸ ਕਰਵਾਉਂਦੀ ਹਾਂ। ਕਿਵੇਂ ਬੇਨਤੀ ਕਰਨ ਲੱਗੀ ਆ? ਮਹਾਰਾਣੀ ਚੰਪਾ ਦੇ ਬੋਲ ਆਪ ਜੀ ਦੀ ਸੇਵਾ ਵਿੱਚ ਬੈਂਤ ਦੀ ਤਰਜ ਉੱਤੇ ਗਾ ਕੇ ਗਿਆਨੀ ਸਰੂਪ ਸਿੰਘ ਕੜਿਆਣਾ ਦਾ ਪੰਥਕ ਢਾਡੀ ਜੱਥਾ ਇਉਂ ਪੇਸ਼ ਕਰਦਾ ਹੈ। ਅਰਜ਼ ਕੀਤੀ, ਹੱਥ ਬੰਨ ਕੇ ਚੰਪਾ ਨੇ ਅਰਜ਼ ਕੀਤੀ, ਮੇਰੇ ਰਾਜ ਨਾ ਸੁਣ ਵਾਰਾ ਤਾਉ ਗੁਰ ਜੀ, ਮੇਰੇ ਰਾਜ ਨਾ ਸੁਣ ਵਾਰਾ ਤਾਉ ਗੁਰ ਜੀ।
ਰਚਣਾ ਹੈ ਛੇਰ ਜੇ ਤੁਸੀਂ ਕੋਈ ਨਵਾਂ ਰਚਣਾ ਹੈ ਛੇਰ ਜੇ ਤੁਸੀਂ ਕੋਈ ਕਰੋ ਹੁਕਮ ਤੇ ਝੱਟ ਫੋਰਾ ਮਾਓ ਗੁਰ ਜੀ ਕਰੋ ਹੁਕਮ ਤੇ ਝੱਟ ਫੋਰਾ ਮਾਓ ਗੁਰ ਜੀ ਹਾਂ ਬੇਟਾ ਸਾਰੀ ਰਿਆਸਤ ਹੀ ਕਰ ਦੇਵਾਂ ਬੇਟਾ ਸਾਰੀ ਰਿਆਸਤ ਹੀ ਕਰ ਦੇਵਾਂ ਸ਼ਹਿਰ ਅਸਾਂ ਦੇ ਕੋਲ ਸਾਓ ਗੁਰ ਜੀ ਸ਼ਹਿਰ ਅਸਾਂ ਦੇ ਕੋਲ ਸਾਓ ਗੁਰ ਜੀ ਚਰਨਾਂ ਵਿੱਚ ਮਹਾਰਾਣੀ ਚੰਪਾ ਨੇ ਗਲ ਪੱਲਾ ਪਾ ਕੇ ਬੇਨਤੀ ਕੀਤੀ ਹੈ। ਮਹਾਰਾਜ ਮੇਰੀ ਬੇਨਤੀ ਹੈ, ਮੇਰੀ ਫਰਿਆਦ ਹੈ ਕਿ ਤੁਸੀਂ ਮੇਰੀ ਰਿਆਸਤ ਵਿੱਚ ਸੁੰਨ ਵਰਤਾ ਕੇ ਨਾ ਜਾਓ। ਸਾਡੀ ਹੱਥ ਜੋੜ ਕੇ ਬੇਨਤੀ ਹੈ ਕਿ ਸਾਡੀ ਰਿਆਸਤ ਵਿੱਚ ਨਵੇਂ ਨਗਰ ਦਾ ਨਿਰਮਾਣ ਕਰੋ। ਗੁਰੂ ਪਾਤਸ਼ਾਹ ਅਰਦਾਸਾਂ ਸੁਣਦੇ ਹੈ, ਦਾਤੇ ਨੂੰ ਤਾਂ ਚਾਅ ਰਹਿੰਦਾ ਦਾਤਾਂ ਵਰਤਾਉਣ ਦਾ, ਸਾਨੂੰ ਨਹੀਂ ਤਰੀਕਾ ਆਉਂਦਾ ਝੋਲੀਆਂ ਫੈਲਾਉਣ ਦਾ। ਜੇ ਕੋਈ ਰੀਝ ਲਾ ਕੇ ਦਿਲੋਂ ਅਰਦਾਸ ਕਰੇ ਗੁਰੂ ਮਹਾਰਾਜ ਸੁਣਦੇ ਹੈ। ਨੌਵੇਂ ਪਾਤਸ਼ਾਹ ਮਹਾਰਾਜ ਦਾ ਭਾਵੇਂ ਪ੍ਰੋਗਰਾਮ ਤਮਤਾਨ ਜਾ ਕੇ ਉੱਥੇ ਨਵਾਂ ਨਗਰ ਨਿਰਮਾਣ ਕਰਨ ਦਾ ਸੀ, ਤਮਤਾਨ ਅੱਜ ਵੀ ਬੜਾ ਰੌਣਕ ਹਾਰਾ ਨਗਰ ਹੈ। ਨੌਵੇਂ ਪਾਤਸ਼ਾਹ ਮਹਾਰਾਜ ਦੀ ਉਹਨਾਂ ਦੇ ਉੱਤੇ ਬੜੀ ਅਪਾਰ ਕਿਰਪਾ ਹੈ, ਹਰਿਆਣੇ ਦੇ ਵਿੱਚ ਪੈਂਦਾ ਹੈ। ਗੁਰੂ ਮਾਲਕ ਦੀ ਬੜੀ ਅਪਾਰ ਕਿਰਪਾ ਉਸ ਅਸਥਾਨ ਉੱਤੇ ਵੀ, ਗੁਰੂ ਸਾਹਿਬ ਉੱਧਰ ਗਏ ਵੀ ਸਨ, ਪਰ ਨਵੇਂ ਨਗਰ ਦਾ ਨਿਰਮਾਣ ਅਨੰਦਪੁਰ ਸਾਹਿਬ ਕਿਵੇਂ ਹੋਇਆ, ਜਿਹੜਾ ਖਾਲਸੇ ਦੀ ਜਨਮ ਭੂਮੀ ਹੈ, ਜਿੱਥੇ ਵੱਡੇ ਕਵੀ ਦਰਬਾਰ ਹੋਏ, ਜਿੱਥੇ ਵੱਡੇ ਢਾਡੀ ਦਰਬਾਰ ਹੋਏ, ਜਿੱਥੇ ਦਸਤਾਰ ਮੁਕਾਬਲੇ ਹੋਏ, ਜਿੱਥੇ ਕਸ਼ਮੀਰੀ ਪੰਡਿਤਾਂ ਦੀ ਅਰਦਾਸ ਸੁਣੀ ਗਈ, ਜਿੱਥੇ ਭਾਈ ਜੈਤਾ ਜੀ ਨੌਵੇਂ ਪਾਤਸ਼ਾਹ ਜੀ ਦਾ ਅਸੀਸ ਲੈ ਕੇ ਆਏ, ਜਿਸ ਜਗ੍ਹਾ 'ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਕੁੜਮਾਈ ਹੋਈ, ਜਿਸ ਜਗ੍ਹਾ 'ਤੇ ਗੁਰੂ ਗੋਬਿੰਦ ਸਿੰਘ ਜੀ ਦਾ ਆਨੰਦ ਕਾਰਜ ਹੋਇਆ,
ਜਿਸ ਜਗ੍ਹਾ ਤੇ ਪੰਜ ਪਿਆਰੇ ਸਹਿਬਾਨ ਦੀ ਚੋਣ ਹੋਈ, ਤਮਾਮ ਸਾਖੀਆਂ ਨੇ ਅਨੰਦਪੁਰ ਸਾਹਿਬ ਜੀ ਦੀ ਧਰਤੀ ਦੇ ਨਾਲ ਜੁੜੀਆਂ ਹੋਈਆਂ। ਇਹ ਜਗ੍ਹਾ ਕਿਵੇਂ ਹੋਂਦ ਵਿੱਚ ਆਈ? ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਇਸ ਨਗਰ ਦਾ ਨਾਮ ਆਪਣੇ ਮਾਤਾ ਜੀ ਦੇ ਨਾਮ ਦੇ ਉੱਤੇ ਰੱਖਣਾ, ਚੱਕ ਨਾਨਕੀ। ਚੱਕ ਨਾਨਕੀ ਤੋਂ ਅਨੰਦਪੁਰ ਸਾਹਿਬ ਕਿੱਦਾਂ ਬਣਿਆ, ਇਹ ਇੱਕ ਵੱਖਰਾ ਵਿਸ਼ਾ ਹੈ। ਜਦੋਂ ਅਸੀਂ ਆਮ ਤੌਰ 'ਤੇ ਸੰਗਤ ਦੇ ਕੋਲੋਂ ਸੁਣਦੇ ਹਾਂ ਨਾ, ਅਨੰਦਪੁਰ ਸਾਹਿਬ ਦਾ ਨਾਮ, ਐੜੇ ਨੂੰ ਕੰਨਾਂ ਕਈ ਲਾਉਂਦੇ ਹੀ ਨਹੀਂ, ਸਿੱਧਾ ਹੀ ਅਨੰਦਪੁਰ ਸਾਹਿਬ ਕਹਿ ਦਿੰਦੇ। ਉਹ ਐੜੇ ਨੂੰ ਕੰਨੇ ਤੋਂ ਬਿਨਾਂ ਜਿਹੜਾ ਅਨੰਦਪੁਰ ਹੈ ਨਾ, ਉਹ ਪਟਿਆਲੇ ਦੇ ਲਾਗੇ ਹੈ। ਉਹਨੂੰ ਅਨੰਦਪੁਰ ਕਲੌੜ ਕਹਿੰਦੇ ਨੇ। ਕਲੌੜ ਪਿੰਡ ਲਾਗਲਾ ਪਿੰਡ ਹੈ ਅਤੇ ਜਿਹੜਾ ਅਨੰਦਪੁਰ ਪਿੰਡ ਉਹ ਅਲੱਗ ਪਿੰਡ ਹੈ। ਉੱਥੇ ਵੀ ਨੌਵੇਂ ਪਾਤਸ਼ਾਹ ਮਹਾਰਾਜ ਗਏ ਸਨ, ਯਾਦ ਰੱਖਿਓ। ਉੱਥੇ ਵੀ ਨੌਵੇਂ ਪਾਤਸ਼ਾਹ ਜੀ ਦਾ ਪਵਿੱਤਰ ਸਥਾਨ ਬਣਿਆ ਹੋਇਆ। ਉਹ ਅਨੰਦਪੁਰ ਜਿਹੜਾ, ਉਹਨੂੰ ਵੀ ਅਨੰਦਪੁਰ ਸਾਹਿਬ ਹੀ ਕਹਿ ਦਿੰਦੇ ਆ। ਪਰ ਜਿਸ ਜਗ੍ਹਾ ਦੀ ਅੱਜ ਮੈਂ ਤੁਹਾਡੀ ਸੇਵਾ 'ਚ ਬਾਤ ਪਾ ਰਿਹਾ, ਇਹ ਐੜੇ ਨੂੰ ਕੰਨਾ ਪੈਂਦਾ, ਅਨੰਦਪੁਰ ਸਾਹਿਬ। ਇਹ ਅਨੰਦਪੁਰ ਸਾਹਿਬ ਨੂੰ ਗੁਰੂ ਤੇਗ ਬਹਾਦਰ ਮਹਾਰਾਜ ਜੀ ਵਸਾਉਣ ਵਾਸਤੇ ਤਿਆਰ ਹੋ ਗਏ। ਉਹਨਾਂ ਨੇ ਮਹਾਰਾਣੀ ਚੰਪਾ ਨੂੰ ਆਖਿਆ, ਕਹਿਣ ਲੱਗੇ, ਭੈਣੇ ਜੇ ਤੁਸੀਂ ਭਾਵਨਾ ਬਣਾ ਕੇ ਬੇਨਤੀ ਕਰਦੇ ਹੋ ਤਾਂ ਗੁਰੂ ਨਾਨਕ ਦੇ ਚਰਨਾਂ ਵਿੱਚ ਕੀਤੀ ਅਰਦਾਸ ਕਦੇ ਵਿਅਰਥ ਨਹੀਂ ਜਾਂਦੀ, ਅਤੇ ਆਪਾਂ ਯਤਨ ਕਰਦੇ ਹਾਂ, ਪਰ ਇੱਕ ਸਾਡੀ ਸ਼ਰਤ ਹੈ ਵੀ ਅਸੀਂ ਅਰਦਾਸ ਵਿੱਚ ਜ਼ਮੀਨ ਮੁੱਲ ਨਹੀਂ ਲਵਾਂਗੇ। ਅਸੀਂ ਅਰਦਾਸ ਵਿੱਚ ਜ਼ਮੀਨ ਨਹੀਂ ਲਵਾਂਗੇ, ਅਸੀਂ ਜ਼ਮੀਨ ਮੁੱਲ ਪ੍ਰਾਪਤ ਕਰਾਂਗੇ। ਅਰਦਾਸ ਭੇਟਾ ਵਜੋਂ ਇਹ ਜ਼ਮੀਨ ਨਹੀਂ ਪ੍ਰਾਪਤ ਕੀਤੀ ਜਾਏਗੀ। ਮਹਾਰਾਣੀ ਚੰਪਾ ਕਹਿਣ ਲੱਗੀ, ਮਹਾਰਾਜ ਜਿੰਨੀ ਕੁ ਰਕਮ ਤੁਸੀਂ ਦੇਣੀ ਚਾਹੋ, ਮੈਂ ਤੁਹਾਡੇ ਵੱਲੋਂ ਮਿਲਿਆ ਹੋਇਆ ਇੱਕ ਆਸ਼ੀਰਵਾਦ ਸਮਝ ਕੇ ਆਪਣੀ ਝੋਲੀ ਪਵਾ ਲਵਾਂਗੀ, ਮੈਂ ਰੁਪਈਏ ਮੰਗਣੇ ਵੀ ਨਹੀਂ, ਕਰੋ ਕਿਰਪਾ, ਦੱਸੋ ਕਿੱਥੇ ਮੋਹਲੀ ਗੱਢਣੀ ਆ। ਨੌਵੇਂ ਪਾਤਸ਼ਾਹ ਮਹਾਰਾਜ ਨੇ ਬਾਬਾ ਦਰਗਾ ਮੱਲ ਜੀ ਨੂੰ ਆਖਿਆ, ਦੀਵਾਨ ਦਰਗਾ ਮੱਲ, ਦੀਵਾਨ ਦਰਗਾ ਮੱਲ, ਦੀਵਾਨ ਦਾ ਮਤਲਬ ਖਜ਼ਾਨਚੀ, ਗੁਰੂ ਦਾ ਖਜ਼ਾਨਚੀ ਸੀ। ਸਤਿਗੁਰੂ ਸਾਹਿਬ ਆਪਣੇ ਗੀਜੇ ਵਿੱਚ ਮਾਇਆ ਨਹੀਂ ਸੀ ਰੱਖਦੇ, ਦੀਵਾਨ ਦਰਗਾ ਮੱਲ ਜੀ ਨੂੰ ਦਿੰਦੇ ਸਨ। ਦੀਵਾਨ ਦਰਗਾ ਮੱਲ ਜੀ ਦਾ ਪੂਰਾ ਪਰਿਵਾਰ ਬਹੁਤ ਲੰਮੇ ਚਿਰਾਂ ਤੋਂ ਗੁਰੂ ਅਮਰਦਾਸ ਸਾਹਿਬ ਜੀ ਦੇ ਵੇਲੇ ਤੋਂ ਸਿੱਖੀ ਨਾਲ ਜੁੜਿਆ ਆਉਂਦਾ ਹੈ। ਇਹਦੇ ਸਕੇ ਭਤੀਜੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਦਿੱਲੀ ਚਾਂਦਨੀ ਚੌਂਕ ਵਿੱਚ ਸ਼ਹੀਦ ਹੋਏ ਸਨ, ਭਾਈ ਮਤੀ ਦਾਸ ਅਤੇ ਭਾਈ ਸਤੀ ਦਾਸ। ਇਹ ਬਾਬਾ ਹੀਰਾ ਦਾਸ ਜੀ ਦਾ ਸਕਾ ਭਰਾ ਸੀ। ਬਾਬਾ ਹੀਰਾ ਦਾਸ ਜੀ ਦੇ ਪੁੱਤਰ ਸਨ ਦੀਵਾਨ ਭਾਈ ਸਾਹਿਬ, ਭਾਈ ਮਤੀ ਦਾਸ ਅਤੇ ਭਾਈ ਸਤੀ ਦਾਸ ਜੀ। ਦੀਵਾਨ ਦਰਗਾਹ ਮੱਲ ਸਾਹਿਬ ਜੀ ਨੂੰ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਨੇ ਕਿ ਤੁਸੀਂ ਚਾਰੇ ਪਾਸੇ ਨਿਗਾਹ ਮਾਰ ਕੇ ਜਗ੍ਹਾ ਦੀ ਚੋਣ ਕਰੋ, ਉੱਚੀ ਅਟਾਰੀ ਹੋਵੇ, ਉੱਚੇ ਥਾਂ ਦੇ ਉੱਤੇ ਆਪਾਂ ਨਗਰ ਵਸਾਉਣਾ ਹੈ। ਗੁਰੂ ਸਾਹਿਬ ਜੀ ਆਉਣ ਵਾਲੇ ਵਕਤ ਤੋਂ ਚੰਗੀ ਤਰ੍ਹਾਂ ਜਾਣੂ ਸਨ ਵੀ ਐਸੀ ਜਗ੍ਹਾ ਖੋਜੀ ਜਾਵੇ ਜਿਹੜੀ ਜੰਗਾਂ ਯੁੱਧਾਂ ਦੇ ਵਿੱਚ ਵੀ ਬੜੀ ਕਾਰਗਰ ਸਾਬਤ ਹੋਵੇ। ਉਚੇਰੀ ਥਾਂ ਦੇ ਉੱਤੇ ਖਲੋ ਕੇ ਜੰਗ ਲੜਨਾ ਬੜਾ ਆਸਾਨ ਹੁੰਦਾ, ਜਿਹੜੀ ਜ਼ਮੀਨ ਉਪਜਾਊ ਵੀ ਹੋਵੇ, ਜਿਹੜੀ ਜਗ੍ਹਾ ਚਾਰੇ ਪਾਸੋਂ ਸੁਰੱਖਿਅਤ ਵੀ ਹੋਵੇ। ਕਿਤੇ ਕੋਈ ਹਮਲਾਵਰ ਬਣ ਕੇ ਆਵੇ ਸਾਡੇ ਘਰ ਨੂੰ ਢਾਉਣ ਵਾਸਤੇ, ਤਾਂ ਜਿਹੜੇ ਸਾਡੇ ਸਿੱਖ ਨੇ ਉਹ ਆਪਣੇ ਘਰ ਦੀ ਬਹੁਤ ਚੰਗੇ ਤਰੀਕੇ ਨਾਲ ਹਿਫਾਜ਼ਤ ਕਰ ਸਕਣ। ਗੁਰੂ ਨੌਵੇਂ ਪਾਤਸ਼ਾਹ ਜੀ ਦਾ ਇਸ਼ਾਰਾ ਪਾ ਕੇ ਦੀਵਾਨ ਦਰਗਾਹ ਮੱਲ ਸਾਹਿਬ ਸਤਿਗੁਰੂ ਜੀ ਦੇ ਚਰਨਾਂ ਵਿੱਚ ਆਏ। ਕਹਿਣ ਲੱਗੇ, ਗਰੀਬ ਨਵਾਜ ਪਾਤਸ਼ਾਹ, ਆਪ ਜੀ ਜੀ ਦੀ ਕਿਰਪਾ ਹੋ ਗਈ ਹੈ, ਇੱਕ ਰਮਣੀਕ ਸੁਹਾਵਣੀ ਬੜੀ ਚੰਗੀ ਜਗ੍ਹਾ ਲੱਭੀ ਆ, ਮਾਖੋਵਾਲ ਦਾ ਥੇ ਆ, ਮਾਖੋਵਾਲ ਦੇ ਥੇ ਦੇ ਬਿਲਕੁਲ ਨਾਲ ਤਿੰਨ ਚਾਰ ਪਿੰਡਾਂ ਦੀ ਜ਼ਮੀਨ ਹੋਰ ਲੱਗਦੀ ਹੈ, ਚਾਰ ਪਿੰਡਾਂ ਦਾ ਸਾਂਝਾ ਖੂੰਜਾ, ਚਾਰ ਪਿੰਡਾਂ ਦੀ ਜਿੱਥੇ ਹੱਦ ਲੱਗਦੀ ਹੋਵੇ। ਇੱਕ ਪਿੰਡ ਦਾ ਨਾਮ ਸੀ ਮੀਆਂਪੁਰ, ਇੱਕ ਦਾ ਨਾਮ ਸੀ ਲੋਧੀਪੁਰ, ਇੱਕ ਪਿੰਡ ਦਾ ਨਾਮ ਹੈ ਸਹੋਟਾ ਅਤੇ ਇੱਕ ਪਿੰਡ ਦਾ ਨਾਮ ਹੈ ਮਾਖੋਵਾਲ। ਚਾਰ ਪਿੰਡਾਂ ਦੇ ਜਿੱਥੇ ਚਾਰ ਖੂੰਜੇ ਰਲਦੇ ਨੇ। ਦੀਵਾਨ ਦਰਗਾਹ ਮੱਲ ਸਾਹਿਬ ਨੇ ਨੌਵੇਂ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ, ਮਹਾਰਾਜ ਮੈਨੂੰ ਤਾਂ ਆਹ ਜਗ੍ਹਾ ਚੰਗੀ ਲੱਗੀ ਹੈ। ਜਗ੍ਹਾ ਤਾਂ ਸਤਿਗੁਰੂ ਮਹਾਰਾਜ ਦੇ ਮਨ ਨੂੰ ਭਾਈ ਹੈ,
ਸਿੱਖ ਨੂੰ ਤਾਂ ਇਕੱਲਾ ਮਾਣ ਹੀ ਦਿੱਤਾ। ਜਦੋਂ ਸਿੱਖ ਨੂੰ ਮਾਣ ਗੁਰੂ ਦੇ ਕੋਲੋਂ ਮਿਲਦਾ ਤਾਂ ਵੱਡੀਆਂ ਗੱਲਾਂ ਬਣ ਜਾਂਦੀਆਂ। ਇੱਕ ਸ਼ਬਦ ਗੁਰਬਾਣੀ ਦਾ ਆਪ ਜੀ ਦੀ ਸੇਵਾ 'ਚ ਕਹਿ ਦਿਆਂ, ਜਦੋਂ ਮਹਾਰਾਜ ਜੀ ਦਾ ਸੁੱਖ ਆਸਣ ਹੁੰਦਾ ਗੁਰੂ ਗ੍ਰੰਥ ਸਾਹਿਬ ਜੀ ਦਾ, ਆਪਾਂ ਇਹ ਸ਼ਬਦ ਪੜ੍ਹਦੇ ਹਾਂ, ਬਹੁਤ ਸਾਰੇ ਗੁਰਮੁਖ ਪਿਆਰੇ ਭਾਵਨਾ ਨਾਲ ਇਹ ਸ਼ਬਦ ਦਾ ਗਾਇਨ ਕਰਦੇ ਨੇ। ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਜਿੱਥੇ ਜਿੱਥੇ ਗੁਰੂ ਸਾਹਿਬ ਜੀ ਨੇ ਮੁਬਾਰਕ ਚਰਨ ਪਾਏ ਉੱਥਾਂ ਪੂਜਨੀਕ ਬਣ ਗਿਆ। ਗੁਰਸਿੱਖੀ, ਇੱਥੇ ਬਿੰਦੀ ਲੱਗਣੀ ਕਿ ਗੁਰਸਿੱਖਾਂ ਨੇ, ਗੁਰਸਿੱਖੀ ਸੋ ਥਾਨ ਭਾਲਿਆ, ਗੁਰਸਿੱਖਾਂ ਨੇ ਉਹ ਜਗ੍ਹਾ ਲੱਭੀਆਂ ਜਿੱਥੇ ਜਿੱਥੇ ਮਹਾਰਾਜ ਦੇ ਚਰਨ ਪਏ। ਗੁਰਸਿੱਖੀ ਸੋ ਥਾਨ ਭਾਲਿਆ ਲੈ ਧੂੜਮੁੱਖ ਲਾਵਾ, ਇੱਥੇ ਬਿੰਦੀ ਲੱਗਦੀ ਨਹੀਂ। ਇੱਥੇ ਬਹੁਤੇ ਬੰਦੇ ਆਪਾਂ ਕਹਿੰਦੇ ਲੈ ਧੂੜਮੁੱਖ ਲਾਵਾਂ, ਲਾਵਾਂ ਨਹੀਂ, ਇੱਥੇ ਗੁਰਸਿੱਖਾਂ ਨੇ ਜਗ੍ਹਾ ਲੱਭੀ ਅਤੇ ਜਗ੍ਹਾ ਲੱਭ ਕੇ ਗੁਰੂ ਸਾਹਿਬ ਜੀ ਦੀ ਚਰਨ ਧੂੜੀ ਚੱਕ ਕੇ ਮੱਥੇ ਨੂੰ ਲਾਈ। ਲੈ ਧੂੜਮੁੱਖ ਲਾਵਾ ਕਿ ਆਪਣੇ ਮੱਥੇ ਨੂੰ ਗੁਰੂ ਸਾਹਿਬ ਜੀ ਦੀ ਚਰਨ ਧੂੜੀ ਲਾ ਲਈ। ਅਤੇ ਫਿਰ ਉਹਨਾਂ ਗੁਰਸਿੱਖਾਂ ਦੀ ਘਾਲ ਥਾਏ ਪਈ, ਕਿਹਨਾਂ ਦੀ, ਜਿਨ ਹਰ ਨਾਮ ਧਿਆਵਾ, ਜਿਨ੍ਹਾਂ ਨੇ ਗੁਰੂ ਦਾ ਨਾਮ ਧਿਆਉਂਦਿਆਂ ਹੋਇਆਂ ਇਹ ਜਗ੍ਹਾ ਲੱਭੀਆਂ। ਸਾਡੀ ਕੌਮ ਦੀ ਇਹ ਬਦਕਿਸਮਤੀ ਆ, ਸਾਨੂੰ ਕਈ ਵਾਰ ਅਰਥਾਂ ਦਾ ਪਤਾ ਨਹੀਂ ਹੁੰਦਾ ਅਤੇ ਇੱਕ ਬਿੰਦੀ ਲਾਉਣ ਨਾਲ ਅਰਥਾਂ ਦੇ ਅਨਰਥ ਬਣ ਜਾਂਦੇ ਨੇ। ਇੱਥੇ ਲੈ ਧੂੜਮੁੱਖ ਲਾਵਾਂ ਨੂੰ ਆਪਾਂ ਲਾਵਾਂ ਪੜ੍ਹਦੇ ਰਹਿੰਦੇ ਹਾਂ ਅਤੇ ਉਹ ਧਿਆਵਾਂ ਨੂੰ ਧਿਆਵਾਂ ਪੜ੍ਹਦੇ ਰਹਿੰਦੇ ਹਾਂ। ਇੱਥੇ ਮਤਲਬ ਇਹ ਹੈ ਕਿ ਉਹਨਾਂ ਗੁਰਸਿੱਖਾਂ ਦੀ ਜਿਹੜੀ ਸੇਵਾ ਸੀ ਉਹ ਘਾਲਣਾ ਥਾਏ ਪਈ ਆ, ਕਿਹਨਾਂ ਦੀ, ਜਿਨ ਹਰ ਨਾਮ ਧਿਆਵਾ, ਜਿਨ੍ਹਾਂ ਨੇ ਗੁਰੂ ਗੁਰੂ ਧਿਆਉਂਦਿਆਂ ਇਹ ਪਵਿੱਤਰ ਜਗ੍ਹਾ ਦੀ ਖੋਜ ਕੀਤੀ ਹੈ। ਅਤੇ ਫਿਰ ਅਗਲੀ ਪੰਕਤੀ ਹੋਰ ਵੀ ਬੜੀ ਸੁਹਾਵਣੀ ਹੈ, ਕਹਿੰਦੇ ਜਿਨ ਨਾਨਕ ਸਤਿਗੁਰ ਪੂਜਿਆ, ਜਿਨ੍ਹਾਂ ਨੇ ਇਹ ਪਵਿੱਤਰ ਸਥਾਨ ਲੱਭੇ ਅਤੇ ਉਹਨਾਂ ਸਥਾਨਾਂ ਦੇ ਉੱਤੇ ਗੁਰੂ ਸਿਧਾਂਤ ਨੂੰ ਮੰਨਿਆ, ਗੁਰੂ ਸਾਹਿਬ ਜੀ ਦੀ ਸੋਚ ਮੁਤਾਬਕ ਜ਼ਿੰਦਗੀ ਨੂੰ ਢਾਲਿਆ ਅਤੇ ਉਹਨਾਂ ਨੂੰ ਮਿਲਿਆ ਕਿ ਤਿੰਨ ਹਰ ਪੂਜ ਕਰਾਵਾ, ਉਹਨਾਂ ਦੀ ਪੂਜਾ ਹਰੀ ਪਰਮਾਤਮਾ ਨੇ ਆਪ ਦੁਨੀਆਂ ਵਾਲਿਆਂ ਕੋਲੋਂ ਕਰਵਾਈ। ਇੱਥੇ ਵੀ ਆਪਾਂ ਇਹੀ ਪੜ੍ਹ ਦਿੰਦੇ ਹਾਂ ਤਿੰਨ ਹਰ ਪੂਜ ਕਰਾਵਾਂ, ਆਪਾਂ ਕੌਣ ਹੁੰਦੇ ਹਾਂ ਕਰਵਾਉਣ ਵਾਲੇ, ਇਹ ਤਾਂ ਗੁਰੂ ਹੀ ਕਰਵਾ ਸਕਦਾ, ਕਿਹਦੀ ਪੂਜਾ ਕਰਨੀ ਹੈ, ਕਿਹਦੀ ਪੂਜਾ ਕਰਵਾਉਣੀ ਆ, ਕਿਹਦਾ ਸਤਿਕਾਰ ਦੁਨੀਆਂ ਦੇ ਉੱਤੇ ਬਣਾਉਣਾ। ਗੁਰੂ ਅਰਜਨ ਦੇਵ ਮਹਾਰਾਜ ਕੋਲ ਕਿਹਾ ਨਹੀਂ ਸੀ, ਪਰ ਅਰਦਾਸ ਕਰਨ ਵਾਸਤੇ ਮਾਤਾ ਗੰਗਾ ਜੀ ਨੂੰ ਕਹਿੰਦੇ ਕਿ ਬਾਬਾ ਬੁੱਢਾ ਸਾਹਿਬ ਦੇ ਕੋਲੋਂ ਅਰਦਾਸ ਕਰਵਾਉਣੀ ਹੈ ਤਾਂ ਘਰ ਵਿੱਚ ਪਰਿਵਾਰਕ ਵਾਧਾ ਹੋਏਗਾ। ਕਿ ਗੁਰੂ ਸਾਹਿਬ ਆਪ ਨਹੀਂ ਸੀ ਕਿਰਪਾ ਕਰ ਸਕਦੇ, ਸਿੱਖਾਂ ਨੂੰ ਮਾਣ ਦਵਾਉਣਾ ਸੀ। ਤਿੰਨ ਹਰ ਪੂਜ ਕਰਾਵਾ, ਹਰੀ ਪਰਮਾਤਮਾ ਆਪ ਉਹਨਾਂ ਦੀ ਪੂਜਾ ਕਰਵਾਉਂਦਾ। ਦੀਵਾਨ ਦਰਗਾਹ ਅੰਮ੍ਰਿਤ ਸਾਹਿਬ ਨੂੰ ਮਾਣ ਦਿੱਤਾ। ਉਸ ਤੋਂ ਬਾਅਦ ਵਿੱਚ ਅੱਜ ਦੇ ਦਿਨ, ਅੱਜ ਤੋਂ 359 ਵਰੇ ਪਹਿਲਾਂ, ਅੱਜ ਤੋਂ 359 ਸਾਲ ਪਹਿਲਾਂ ਬਾਬਾ ਬੁੱਢਾ ਸਾਹਿਬ ਜੀ ਦੀ ਅੰਸ਼ ਮੰਸ਼ ਦੇ ਵਿੱਚੋਂ ਬਾਬਾ ਗੁਰਦਿੱਤਾ ਸਾਹਿਬ, ਬਾਬਾ ਗੁਰਦਿੱਤਾ ਸਾਹਿਬ ਜੀ ਨੂੰ ਮਾਣ ਦਿੰਦੇ ਆ। ਕਹਿੰਦੇ ਆਓ ਬਾਬਾ ਜੀ ਕਰੋ ਅਰਦਾਸ ਬੇਨਤੀ ਅਤੇ ਮੋਹਲੀ ਗੱਡੀਏ। ਇੱਕ ਲੱਕੜ ਦਾ ਵੰਝ ਗੱਡਣਾ, ਇੱਕ ਤਣਾ ਗੱਡਣਾ, ਉਹਨੂੰ ਕਹਿੰਦੇ ਸੀ ਨੀਂਹ ਪੱਥਰ ਰੱਖਣਾ। ਸਤਿਗੁਰੂ ਦਾਤਾ ਜੀ ਨੇ ਮਹਾਰਾਣੀ ਚੰਪਾ ਨੂੰ 700 ਰਜ਼ਤਪਣ ਦਿੱਤੇ। ਰਜ਼ਤਪਣ ਕੀ ਹੁੰਦਾ? ਕਈ ਗੱਲਾਂ ਇਤਿਹਾਸ ਦੀਆਂ ਬੜੀਆਂ ਗਹਿਰੀਆਂ ਘੁੰਡੀਆਂ ਨੇ। ਅੱਜ ਕੱਲ੍ਹ ਆਪਾਂ ਰੁਪਈਏ ਕਹਿੰਦੇ ਹਾਂ ਨਾ, ਤੁਹਾਡੇ ਇੱਥੇ ਨਿਊਜ਼ੀਲੈਂਡ ਦੇ ਵਿੱਚ ਡਾਲਰ ਚੱਲਦੇ ਆ ਅਤੇ ਇੰਡੀਆ ਦੇ ਵਿੱਚ ਰੁਪਈਏ ਚੱਲਦੇ ਆ। ਉਦੋਂ ਰੁਪਈਏ ਸ਼ਬਦ ਨਹੀਂ ਸੀ ਹੁੰਦਾ, ਉਦੋਂ ਰਜ਼ਤਪਣ ਹੁੰਦਾ ਸੀ, ਉਦੋਂ ਰਜ਼ਤਪਣ ਚੱਲਦੇ ਹੁੰਦੇ ਸਨ। 700 ਰਜ਼ਤਪਣ, ਅੱਜ ਦੀ ਭਾਸ਼ਾ 'ਚ ਕਹਿ ਦਿਓ ਵੀ 700 ਰੁਪਈਆ ਮਹਾਰਾਣੀ ਚੰਪਾ ਨੂੰ ਦਿੱਤਾ ਅਤੇ ਸਾਡੇ ਸਤਿਗੁਰੂ ਸੱਚੇ ਪਾਤਸ਼ਾਹ ਬਾਬਾ ਗੁਰਦਿੱਤਾ ਸਾਹਿਬ ਜੀ ਨੂੰ ਕਿਵੇਂ ਮਾਣ ਦੇਣ ਲੱਗੇ ਆ? ਨਗਰ ਦਾ ਨੀਂਹ ਪੱਥਰ ਰੱਖਣ ਲੱਗੇ ਆ। ਕਿਹੜਾ ਸਭ ਤੋਂ ਪਹਿਲਾਂ ਕੋਠਾ ਬਣਨਾ? ਜਿਹਨੂੰ ਅੱਜ ਕੱਲ੍ਹ ਗੁਰਦੁਆਰਾ ਗੁਰੂ ਕੇ ਮਹਿਲ ਕਿਹਾ ਜਾਂਦਾ। ਟਾਹਵੀਆਂ ਟਾਹਵੀਆਂ ਸੰਗਤਾਂ ਜਾਂਦੀਆਂ ਨੇ ਉਹਨਾਂ ਥਾਵਾਂ ਦੇ ਉੱਤੇ ਜਿਹੜੀਆਂ ਜਗ੍ਹਾ ਸਾਡੇ
ਜੀਵਨ ਵਿੱਚ ਬਹੁਤ ਇਤਿਹਾਸਿਕ ਪਲ ਦੁਆਰਾ ਯਾਦਾਂ ਪੈਦਾ ਕਰਨ ਵਿੱਚ ਸਹਾਈ ਹੁੰਦੇ ਆ। ਇੱਕ ਵਿਹੜੇ ਦੇ ਵਿੱਚ ਚਾਰ ਗੁਰਦੁਆਰੇ ਨੇ ਅਨੰਦਪੁਰ ਸਾਹਿਬ ਜੀ ਦੀ ਧਰਤੀ 'ਤੇ। ਜਦੋਂ ਆਪਾਂ ਘਾਟੀ ਚੜ੍ਹਦੇ ਹਾਂ ਨਾ, ਤੁਰ ਕੇ ਮੱਥਾ ਟੇਕਣ ਵਾਸਤੇ ਕੇਸਗੜ੍ਹ ਸਾਹਿਬ ਨੂੰ ਜਾਂਦੇ ਹਾਂ, ਅਤੇ ਉਹ ਬਾਜ਼ਾਰ ਦੁਕਾਨਾਂ ਪਈਆਂ, ਉਹ ਦੁਕਾਨਾਂ ਦੇ ਵਿੱਚੋਂ ਰਸਤਾ ਜਾਂਦਾ ਖੱਬੇ ਪਾਸੇ ਨੂੰ, ਅਤੇ ਖੱਬੇ ਪਾਸੇ ਨਿਮਾਣ ਵੱਲ ਉੱਤਰ ਕੇ ਜਦੋਂ ਜਾਈਏ ਤਾਂ ਪੰਜ ਗੁਰਦੁਆਰੇ ਨੇ। ਇੱਕ ਗੁਰਦੁਆਰੇ ਦਾ ਵਿਹੜਾ ਅਲੱਗ ਹੈ, ਚਾਰ ਗੁਰਦੁਆਰਿਆਂ ਦਾ ਵਿਹੜਾ ਇੱਕੋ ਹੀ ਹੈ। ਜਿਹੜੇ ਗੁਰੂ ਘਰ ਦਾ ਵਿਹੜਾ ਅਲੱਗ ਹੈ, ਉੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੀਸ ਦਾ ਸੰਸਕਾਰ ਹੋਇਆ ਸੀ, ਉਹਨੂੰ ਗੁਰਦੁਆਰਾ ਸੀਸਗੰਜ ਸਾਹਿਬ ਕਿਹਾ ਜਾਂਦਾ ਹੈ। ਅਤੇ ਉਹ ਸੀਸਗੰਜ ਸਾਹਿਬ ਅਤੇ ਬਾਕੀ ਦੇ ਚਾਰ ਗੁਰਦੁਆਰਿਆਂ ਦੇ ਵਿਚਕਾਰ ਇੱਕ ਗਲੀ ਵਗਦੀ ਹੈ, ਆਹਮੋ ਸਾਹਮਣੇ ਦੋਨੋਂ ਦਰਵਾਜ਼ੇ ਨੇ, ਅਤੇ ਚਾਰ ਗੁਰੂ ਘਰ ਜਿਹੜੇ ਇੱਕੋ ਜਗ੍ਹਾ 'ਤੇ ਨੇ। ਉੱਥੇ ਇੱਕ ਗੁਰਦੁਆਰਾ ਤਾਂ ਉਹ ਹੈ ਜਿਹੜਾ ਗੁਰੂ ਕੇ ਮਹਿਲ, ਜਾਣੀ ਗੁਰੂ ਦਾ ਘਰ, ਜਿੱਥੇ ਨੌਵੇਂ ਪਾਤਸ਼ਾਹ ਰਹਿੰਦੇ ਸਨ। ਅੱਜ ਕੱਲ੍ਹ ਤਾਂ ਵੈਸੇ ਉਹ ਗੁਰਦੁਆਰਾ ਹੀ ਬਣਾ ਦਿੱਤਾ ਗਿਆ ਨਾ, ਉਹਨੂੰ ਘਰ ਦੀ ਸ਼ੇਪ ਨਹੀਂ ਦਿੱਤੀ ਗਈ, ਘਰ ਸੇਵਾ ਵਾਲੇ ਬਾਬਿਆਂ ਨੇ ਬਸ ਉਹਨੂੰ ਗੁਰਦੁਆਰਾ ਹੀ ਬਣਾ ਦਿੱਤਾ, ਗੁਰਦੁਆਰਾ ਗੁਰੂ ਕੇ ਮਹਿਲ। ਇੱਕ ਉੱਥੇ ਗੁਰਦੁਆਰਾ ਅਕਾਲ ਬੁੰਗਾ ਆ, ਅਕਾਲ ਬੁੰਗਾ, ਜਿੱਥੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਮਸੰਦਾਂ ਨੂੰ ਸਜਾਵਾਂ ਦਿੱਤੀਆਂ ਸਨ। ਗੁਰੂ ਸਾਹਿਬ ਜੀ ਦਾ ਇੱਕ ਇੱਥੇ ਗੁਰਦੁਆਰਾ ਦਮਦਮਾ ਸਾਹਿਬ ਹੈ, ਜਿੱਥੇ ਗੁਰੂ ਗੋਬਿੰਦ ਸਿੰਘ ਨੂੰ ਗੁਰਤਾ ਗੱਦੀ ਦਿੱਤੀ ਗਈ ਸੀ। ਇੱਕ ਗੁਰਦੁਆਰਾ ਇੱਥੇ ਮੰਜੀ ਸਾਹਿਬ ਹੈ, ਮੰਜੀ ਸਾਹਿਬ ਉਹ ਥਾਂ ਆ ਜਿੱਥੇ ਕਸ਼ਮੀਰੀ ਪੰਡਿਤਾਂ ਨੇ ਆ ਕੇ ਅਰਦਾਸ ਕੀਤੀ ਸੀ। ਆਹ ਜਿਹੜਾ ਗੁਰਦੁਆਰਾ ਗੁਰੂ ਕਾ ਮਹਿਲ ਹੈ ਨਾ, ਇਹ ਸਭ ਤੋਂ ਪਹਿਲਾਂ ਮਕਾਨ ਬਣਿਆ ਸੀ, ਇਹ ਸਭ ਤੋਂ ਪਹਿਲਾਂ ਨੀਂਹ ਪੱਥਰ ਇੱਥੇ ਰੱਖਿਆ ਗਿਆ, ਜਿਹਨੂੰ ਅੱਜ ਕੱਲ੍ਹ ਆਪਾਂ ਸ਼੍ਰੀ ਅਨੰਦਪੁਰ ਸਾਹਿਬ ਕਹਿੰਦੇ ਹਾਂ। ਇਸ ਨਗਰ ਦਾ ਕਿਵੇਂ ਨੀਂਹ ਪੱਥਰ ਰੱਖਿਆ ਗਿਆ, ਕਿਵੇਂ ਇਤਿਹਾਸਿਕ ਪਲ ਸਾਡੀ ਜ਼ਿੰਦਗੀ ਵਿੱਚ ਯਾਦਾਂ ਤਾਜ਼ੀਆਂ ਕਰ ਦੇਣ, ਉਹਨਾਂ ਇਤਿਹਾਸਿਕ ਪਲਾਂ ਦੀਆਂ ਯਾਦਾਂ ਨੂੰ ਤਾਜ਼ਾ ਕਰਨ ਵਾਸਤੇ ਕਲੀ ਦੀ ਤਰਜ਼ ਉੱਤੇ ਗਾ ਕੇ ਅੱਜ ਦੇ ਦੀਵਾਨ ਦੀ ਆਖਰੀ ਕਵਿਤਾ ਕੜਿਆਣੇ ਵਾਲਾ ਢਾਡੀ ਜੱਥਾ ਇਉਂ ਬਿਆਨ ਕਰਦਾ ਹੈ। Thank you.
ਵਿੱਚ ਪਹਾੜਾਂ ਕੱਢੀ ਮੋੜੀ ਮੇਰੇ ਪਾਤਸ਼ਾਹ, ਵਿੱਚ ਪਹਾੜਾਂ ਕੱਢੀ ਮੋੜੀ ਮੇਰੇ ਪਾਤਸ਼ਾਹ। ਭਾਈ ਗੁਰਦਿੱਤਾ ਜੀ ਨੂੰ ਸਾਹਿਬ ਵਡਿਆਇਆ, ਭਾਈ ਗੁਰਦਿੱਤਾ ਜੀ ਨੂੰ ਸਾਹਿਬ ਵਡਿਆਇਆ। ਜੰਗਲ ਦੇ ਵਿੱਚ ਮੰਗਲ ਲਾ ਦਿੱਤੇ ਪਰਮਾਤਮਾ, ਜੰਗਲ ਦੇ ਵਿੱਚ ਮੰਗਲ ਲਾ ਦਿੱਤੇ ਪਰਮਾਤਮਾ, ਜੰਗਲ ਦੇ ਵਿੱਚ ਮੰਗਲ ਲਾ ਦਿੱਤੇ ਪਰਮਾਤਮਾ। ਬਹਿ ਕੇ ਸ਼ਬਦ ਬਾਣੀ ਦਾ ਜਿਹੜੀ ਥਾਂ ਤੇ ਗਾਇਆ, ਬਹਿ ਕੇ ਸ਼ਬਦ ਬਾਣੀ ਦਾ ਜਿਹੜੀ ਥਾਂ ਤੇ ਗਾਇਆ, ਬਹਿ ਕੇ ਸ਼ਬਦ ਬਾਣੀ ਦਾ ਜਿਹੜੀ ਥਾਂ ਤੇ ਗਾਇਆ। ਈਰਖਾ ਕਰਦੇ ਸੀ ਕਰਦੇ ਸੀ, ਕੀਰਤਪੁਰੀਏ ਜਿਹੜੇ ਸਾਧ ਈਰਖਾ ਕਰਦੇ ਸੀ, ਸਾਰੀ ਸਿੱਖ ਸੰਗਤ ਨੇ ਉਹਨਾਂ ਨੂੰ ਛੱਡਿਆਇਆ, ਸਾਰੀ ਸਿੱਖ ਸੰਗਤ ਨੇ ਉਹਨਾਂ ਨੂੰ ਛੱਡਿਆਇਆ। ਮਾਤਾ ਗੁਜਰੀ ਜੀ ਤੇ ਧਨ ਹੈ ਮਾਤਾ ਨਾਨਕੀ, ਮਾਤਾ ਗੁਜਰੀ ਜੀ ਤੇ ਧਨ ਹੈ ਮਾਤਾ ਨਾਨਕੀ, ਲੰਗਰ ਸਭ ਸੰਗਤ ਨੂੰ ਜਿਨ੍ਹਾਂ ਨੇ ਵਰਤਾਇਆ, ਮਾਤਾ ਗੁਜ਼ਰੀ ਜੀ ਤੇ ਧਨ ਹੈ ਮਾਤਾ ਨਾਨਕੀ, ਮਾਤਾ ਗੁਜ਼ਰੀ ਜੀ ਤੇ ਧਨ ਹੈ ਮਾਤਾ ਨਾਨਕੀ, ਲੰਗਰ ਸਭ ਸੰਗਤਾਂ ਨੂੰ ਜਿਨ੍ਹਾਂ ਨੇ ਵਰਤਾਇਆ, ਲੰਗਰ ਸਭ ਸੰਗਤਾਂ ਨੂੰ ਜਿਨ੍ਹਾਂ ਨੇ ਵਰਤਾਇਆ। ਗੁਰੂ ਤੇਗ ਬਹਾਦਰ ਨਵਾਂ ਨਗਰ ਵਡਿਆਉਂਦੇ ਨੇ, ਧੰਨ ਗੁਰੂ ਤੇਗ ਬਹਾਦਰ ਨਵਾਂ ਨਗਰ ਵਡਿਆਉਂਦੇ ਨੇ। ਨਾਮ ਹੈ ਚੱਕ ਨਾਨਕੀ ਗੁਰਾ ਮਸ਼ਹੂਰ ਕਰਾਇਆ, ਨਾਮ ਹੈ ਚੱਕ ਨਾਨਕੀ ਗੁਰਾ ਮਸ਼ਹੂਰ ਕਰਾਇਆ। ਢਾਡੀ ਕੜਿਆ ਰੱਖ ਆਓ ਅਨੰਦਪੁਰ ਚੱਲ
ਆਨੰਦਪੁਰ ਚੱਲੀਏ ਜੀ, ਚੱਲੀਏ ਜੀ ਢਾਡੀ ਕਢਿਆਣਾ ਕੇ, ਆਓ ਆਨੰਦਪੁਰ ਚੱਲੀਏ ਜੀ। ਹੋ ਜਿੱਥੇ ਮਹਿਲ ਗੁਰਾਂ ਨੇ ਆਪਣੇ ਹੱਥੀਂ ਪਾਇਆ, ਜਿੱਥੇ ਮਹਿਲ ਗੁਰਾਂ ਨੇ ਆਪਣੇ ਹੱਥੀਂ ਪਾਇਆ, ਜਿੱਥੇ ਮਹਿਲ ਗੁਰਾਂ ਨੇ ਆਪਣੇ ਹੱਥੀਂ ਪਾਇਆ, ਜਿੱਥੇ ਮਹਿਲ ਗੁਰਾਂ ਨੇ ਆਪਣੇ ਹੱਥੀਂ ਪਾਇਆ। ਸਨਮਾਨਯੋਗ ਸਾਧ ਸਿੰਘ ਜੀ, ਜਦੋਂ ਸਿੰਘ ਗਾ ਰਹੇ ਸਨ ਤੇ ਮੈਂ ਖਲੋਤਾ ਇਤਿਹਾਸ ਦੇ ਪੰਨਿਆਂ ਦੀ ਗੱਲ ਯਾਦ ਕਰ ਰਿਹਾ ਸਾਂ। ਡਾਕਟਰ ਤਾਰਨ ਸਿੰਘ ਜੀ ਨੇ ਗੱਲ ਬਹੁਤ ਸੋਹਣੀ ਲਿਖੀ ਹੈ। ਉਹ ਕਹਿੰਦੇ ਦਸਵੇਂ ਗੁਰੂ ਦਾ ਆਨੰਦਪੁਰ, ਸ਼ਬਦ ਬੜੇ ਭਾਵਪੂਰਤ ਨੇ, ਧਿਆਨ ਨਾਲ ਸੁਣਿਓ। ਦਸਵੇਂ ਗੁਰੂ ਦਾ ਆਨੰਦਪੁਰ, ਅਸਲ ਵਿੱਚ ਆਨੰਦਪੁਰ ਜੰਗਪੁਰ ਬਣਿਆ ਰਿਹਾ। ਲਾਈਨ ਬੜੀ ਛੋਟੀ ਜਿਹੀ ਹੈ ਪਰ ਇਹਦੇ ਅਰਥ ਬਹੁਤ ਵੱਡੇ ਨੇ। ਕਹਿੰਦਾ ਦਸਵੇਂ ਗੁਰੂ ਦਾ ਆਨੰਦਪੁਰ ਜੰਗਪੁਰ ਬਣਿਆ ਰਿਹਾ। ਕਿਤੇ ਲਾਹੌਰ ਦੀ ਫੌਜ ਘੇਰਾ ਪਾ ਲੈਂਦੀ ਸੀ, ਕਿਤੇ ਸਰਹੰਦ ਦੀ ਫੌਜ ਘੇਰਾ ਪਾ ਲੈਂਦੀ ਸੀ, ਕਦੇ ਦਿੱਲੀ ਦੀ ਫੌਜ, ਕਿਤੇ 22 ਧਰ ਦੇ ਰਾਜਿਆਂ ਦੀ ਫੌਜ। ਸਮਝ ਨਹੀਂ ਆਉਂਦੀ ਕਿ ਆਨੰਦਪੁਰ ਨੂੰ ਉਜਾੜਨ ਵਾਸਤੇ ਇਹਨਾਂ ਕਿਉਂ ਐਡਾ ਜ਼ੋਰ ਲਾਇਆ। ਪਰ ਆਨੰਦਪੁਰ ਸਾਹਿਬ ਅੱਜ ਵੀ ਰੌਣਕ ਹਾਰਾ। ਆਨੰਦਪੁਰ ਸਾਹਿਬ ਨੂੰ ਉਜਾੜਨ ਵਾਲੇ ਆਪ ਉੱਜੜ ਗਏ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਅੱਜ ਦੇ ਦਿਨ ਆਨੰਦਪੁਰ ਸਾਹਿਬ ਜੀ ਦੀ ਮੋਹਲੀ ਗੱਡੀ। ਅੱਜ ਖਾਲਸੇ ਦੀ ਜਨਮ ਭੂਮੀ ਦਾ ਸਥਾਪਨਾ ਦਿਹਾੜਾ ਹੈ। 359ਵੇਂ ਇਸ ਸਥਾਪਨਾ ਦਿਹਾੜੇ ਦੀਆਂ ਆਪ ਸਾਰੀ ਸੰਗਤ ਨੂੰ ਮੈਂ ਲੱਖ ਲੱਖ ਵਧਾਈਆਂ ਪੇਸ਼ ਕਰਦਾ। ਇਹ ਇਤਿਹਾਸਿਕ ਦਿਨ ਜਿਹੜੇ ਹੁੰਦੇ ਨੇ, ਗੁਰੂ ਜੀ ਦੇ ਉਹ ਇਤਿਹਾਸਿਕ ਪੱਲਾਂ ਦੀ ਯਾਦ ਦਵਾ ਦਿੰਦੇ ਨੇ। ਆਨੰਦਪੁਰ ਸਾਹਿਬ ਬੜਾ ਰੌਣਕ ਹਾਰਾ। ਕਿੰਨੀਆਂ ਲੜਾਈਆਂ ਹੋਈਆਂ, 5 ਜੰਗਾਂ ਤਾਂ ਦਸਵੇਂ ਪਾਤਸ਼ਾਹ ਨੇ ਉੱਥੇ ਆਨੰਦਪੁਰ ਸਾਹਿਬ ਲੜੀਆਂ। 14 ਜੰਗਾਂ ਵਿੱਚੋਂ 5 ਜੰਗਾਂ ਆਨੰਦਪੁਰ ਸਾਹਿਬ ਜੀ ਦੀ ਧਰਤੀ 'ਤੇ ਲੜੀਆਂ ਗਈਆਂ ਦਸ਼ਮੇਸ਼ ਪਿਤਾ ਜੀ ਦੀਆਂ। ਉੱਥੇ 5 ਕਿਲੇ ਦਸ਼ਮੇਸ਼ ਪਿਤਾ ਜੀ ਨੇ ਆਪਣੇ ਹੱਥੀਂ ਉਸਾਰੇ। ਆਨੰਦਗੜ੍ਹ ਕਿਲ੍ਹਾ, ਲੋਹਗੜ੍ਹ ਕਿਲ੍ਹਾ, ਫਤਿਹਗੜ੍ਹ ਕਿਲ੍ਹਾ, ਕੇਸਗੜ੍ਹ ਕਿਲ੍ਹਾ, ਹੋਲਗੜ੍ਹ ਕਿਲ੍ਹਾ, ਇਹ ਲੋਹਗੜ੍ਹ ਕਿਲ੍ਹੇ ਨੂੰ ਢਾਉਣ ਵਾਸਤੇ ਅਤੇ ਸ਼ਰਾਬੀ ਹਾਥੀਆਂ ਦੀ ਵੀ ਵਰਤੋਂ ਕੀਤੀ ਗਈ। ਪਰ ਬਾਣੀ ਪੜ੍ਹਨ ਵਾਲਿਆਂ ਦਾ, ਬਾਣੀ ਦਾ ਨਸ਼ਾ ਐਸਾ ਮਹਾਨ ਸੀ ਕਿ ਦੁਨੀਆਂ ਦੇ ਝੂਠੇ ਨਸ਼ੇ ਪੀਣ ਵਾਲਿਆਂ ਦੀਆਂ ਘਮੇਟੜੀਆਂ ਦਵਾ ਦਿੱਤੀਆਂ ਉਹਨਾਂ ਨੇ। ਕੌਣ ਜਿੱਤਿਆ ਸੀ ਭਲਾ? ਬਾਣੀ ਦਾ ਨਸ਼ਾ ਜਿੱਤਿਆ ਸੀ, ਦੁਨੀਆਂ ਦੇ ਝੂਠੇ ਨਸ਼ੇ ਹਾਰ ਗਏ ਸਨ। ਇੱਕ ਸ਼ਬਦ ਕਹਿ ਕੇ ਮੈਂ ਆਪਣੀ ਜਗ੍ਹਾ ਲੈਣ ਲੱਗਾ। ਪੰਜਾਬ ਨੂੰ ਬੜਾ ਬਦਨਾਮ ਕੀਤਾ ਜਾਂਦਾ ਹੈ ਕਿ ਪੰਜਾਬ ਵਿੱਚ ਨਸ਼ਾ ਬਹੁਤ ਹੈ। ਮੈਂ ਦੁਨੀਆਂ ਘੁੰਮੀ ਹਾਂ, ਬਾਹਰਲੇ ਮੁਲਕਾਂ ਵਿੱਚ ਵੀ ਨਸ਼ਾ ਘੱਟ ਨਹੀਂ ਹੈ। ਚਾਹੇ ਪੰਜਾਬ ਵਿੱਚ ਬਹਿੰਦਾ ਬੈਠਾ ਕੋਈ ਲਾਈਵ ਸੁਣ ਰਿਹਾ ਅਤੇ ਚਾਹੇ ਇੱਥੇ ਨਿਊਜ਼ੀਲੈਂਡ ਵਿੱਚ ਬੈਠਾ ਕੋਈ ਸੁਣ ਰਿਹਾ, ਮੈਂ ਸਭ ਨੂੰ ਬੇਨਤੀ ਕਰਾਂਗਾ ਕਿ ਦੁਨੀਆਂ ਦੇ ਝੂਠੇ ਨਸ਼ੇ ਜਪਜੀ ਸਾਹਿਬ ਦੇ ਨਸ਼ੇ ਤੋਂ ਬਹੁਤ ਥੱਲੇ ਹੈ। ਜਿਹੜਾ ਜਪਜੀ ਸਾਹਿਬ ਦੇ ਨਸ਼ੇ ਨਾਲ ਜੁੜ ਜਾਂਦਾ ਉਹ ਦੁਨੀਆਂ ਦੇ ਝੂਠੇ ਨਸ਼ਿਆਂ ਨੂੰ ਮਾਤ ਪਾ ਦਿੰਦਾ। ਸਾਰੀਆਂ ਸੰਗਤਾਂ ਨੇ ਬਹੁਤ ਪਿਆਰ ਨਾਲ ਸੁਣਿਆ। ਸਮਾਂ ਪੂਰਾ ਨਹੀਂ ਹੋਇਆ ਬਲਕਿ ਮੈਂ 8 ਮਿੰਟ ਜ਼ਿਆਦਾ ਲੈ ਗਿਆ, ਇਸ ਗੱਲ ਦੀ ਵੀ ਖਿਮਾ ਮੰਗਦਾ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਪ੍ਰਬੰਧਕ ਸਾਹਿਬਾਨ ਵੀ ਆਏ। ਅੱਜ ਅਸਲ ਵਿੱਚ 2 ਇਤਿਹਾਸਿਕ ਦਿਨ ਸਨ। ਮੈਂ ਪ੍ਰਧਾਨ ਜੀ ਨੂੰ ਫੋਨ ਕਰਕੇ ਉਹੀ ਪੁੱਛਣਾ ਚਾਹੁੰਦਾ ਸੀ ਵੀ ਕੀ ਸੁਣਾਈਏ। ਅੱਜ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਵਿਆਹ ਪੁਰਬ ਵੀ ਹੈ ਅਤੇ ਅੱਜ ਆਨੰਦਪੁਰ ਸਾਹਿਬ ਦਾ ਉਹ ਸਥਾਪਨਾ ਦਿਹਾੜਾ ਵੀ ਹੈ। ਇਹ ਕਿਤੇ ਬੀਜੀ ਸਨ, ਇਹਨਾਂ ਫੋਨ ਚੱਕਿਆ ਨਹੀਂ ਅਤੇ ਮੈਂ ਫਿਰ ਸਥਾਪਨਾ ਦਿਹਾੜੇ ਦੀਆਂ ਬਾਤਾਂ ਪਾ ਲਈਆਂ। ਆਪਾਂ ਵਿਆਹ ਪੁਰਬ ਦੀ ਕੱਲ੍ਹ ਨੂੰ ਗੱਲ ਕਰਾਂਗੇ। ਗੁਰੂ ਮਹਾਰਾਜ ਕਿਰਪਾ ਕਰਨ, ਸਾਡੀ ਤੁਹਾਡੀ ਗੁਰਮਤਿ ਦੀ ਸਾਂਝ ਦਾਤਾ ਜੀ ਬਣਾਈ ਰੱਖਣ।
ਆਓ ਸਾਡੀਆਂ ਗਲਤੀਆਂ ਦੇ ਉੱਤੇ ਰਹਿਮਤ ਦਾ ਪਰਦਾ ਪਾ ਕੇ ਗੱਜ ਵੱਜ ਕੇ ਫਤਿਹ ਬੁਲਾਓ। ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਏਕੋ ਓਂਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣੇ ਆਈਆਂ, ਸ਼ਬਦੋ ਤਾਂ ਗਾਓ ਹਰੀ ਕੇ ਰਾਹ, ਮਨ ਜਿਨੀ ਵਸਾਇਆ। ਕਹਿ ਨਾਨਕੇ ਆਨੰਦ ਹੋਆ, ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ, ਤੂੰ ਸਦਾਰ ਹੋ ਹਰ ਨਾਲੇ ਹਰ ਨਾਲ, ਤੂੰ ਮਨ ਮੇਰੇ ਦੁੱਖ ਸਾ ਵਿਸਾਰਨਾ। ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਨਾ, ਸਭਨਾ ਗਲਾਂ ਸਮਰੱਥ ਸਵਾਮੀ ਸੁਖ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾਰ ਹੋ ਹਰ ਨਾਲੇ, ਸੱਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇਹੇ ਸੋ ਪਾਵੈ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੈ, ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਘਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ, ਸਾਚਾ ਨਾਮ ਮੇਰਾ ਅਧਾਰੋ, ਸੱਚ ਨਾਮ ਅਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਇ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਗੁਰਬਾਣ ਕੀਤਾ ਗੁਰੂ ਵਿਟੋ, ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ, ਸ਼ਬਦ ਧਰੋਹ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਚਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ। ਪੰਜ ਦੂਤ ਦਵਾਸ ਕੀਤੇ, ਕਾਲ ਕੰਟਕ ਮਾਰਿਆ, ਧੁਰ ਕਰਮ ਪਾਇਆ, ਤੁਰ ਜਿਨ ਕਉ ਸੇ ਨਾਮ ਹਰ ਕੈ ਲਾਗੇ। ਕਹਿ ਨਾਨਕ ਤਹਿ ਸੁਖ ਹੋਵਾ, ਤਿਤ ਘਰ ਅਨਹਦ ਵਾਜੇ, ਆਨੰਦ ਸੁਣੋ ਵਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ। ਸੁਣ ਤੇ ਪੁਨੀਤ ਕਹਿ ਤੇ ਪਵਿੱਤ, ਸਤਿਗੁਰ ਰਹਿਆ ਭਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸੁਣ ਤੇ ਪੁਨੀਤ ਕਹਿ ਤੇ ਪਵਿੱਤ, ਸਤਿਗੁਰ ਰਹਿਆ ਭਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਜਾਣੈ ਤੁਮਰਾ ਅੰਤ ਊਚਾ, ਸਗਲ ਸਮਗਰੀ ਤੁਮਰੈ ਸੂਤਰ ਧਾਰੀ, ਤੁਮ ਤੇ ਹੋਏ ਸੁਭਾਗਿਆ, ਤੁਮਰੀ ਗਤ ਮਿਤ ਤੁਮਹੀ ਜਾਣੀ, ਨਾਨਕ ਦਾਸ ਸਦਾ ਕੁਰਬਾਨੀ। ਬੋਲੋ ਜੀ ਵਾਹਿਗੁਰੂ।
ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ